ਇੰਡੀਆ ਨੇ ਇਹਦੇ ਕੋਲ ਕੁਲਫੀ ਦੀਆਂ ਮਸ਼ਹੂਰ ਦਵਾਈਆਂ ਇਹਦੀਆਂ ਬਰਾਛਾ ਚੌੜੀਆਂ ਹੋਲਕਾ ਪਾਰਟੀ ਕਹਿੰਦਾ ਇੰਜ ਸੁੱਟੀ ਹੋ ਇੱਧਰ ਇੱਧਰ ਹੁੰਦੀ ਕਹਿੰਦਾ ਵੇਖੀ ਗੁਗਲੀ अस्सलामुअलैकुम नाज़रीन टी टाइम में खुश आमदीद। नाज़रीन बहुत काम खराब हो गया क्रिकेट वाला अपना यार। मैं क्या यार मेरा वस नहीं चलता, मैं किदा इन्होंने पूछा कि की रौला की है। मेरे ना चार प्लेयर ठीक है जी, जहाँ चार प्लेयर मिल जाए वही रात हो रंगीन। की मैं तुहानू कवां ते कौम तुहानू की कवे ते असी तुहानू की कहिए सारे कि यार तुसी लाजमी है भी तुसी वड़ना टीम च। तुसी कह दो भाई असी हले छोटे हाँ, असी हले प्रैक्टिस कर रहे, असी अगले साल आ जाएंगे, असी उस तो अगले साल आ जाएंगे, हद हुंदी है। दूसरी गल यार तुहानू जो पता वा कि यार मेरे नालों आ प्लेयर ये की है जी इन्हें क्या सी कहिंदा ओ थो ला की बणया तू इफ्तिखार चाचा इफ्तिखार प्लेयर आ तू ते हो सा नहीं इंडिया ऑलराउंडर आ जी ते तुसी मैनू ये दसो भी यार बंदा आप कह दंदा कि भाजी मैं हले नहीं खेड सकदा उपरो वर्ल्ड कप वड्डियां टीमां ना ते तुसी इदां करो कि तुसी उहनां नू होर दूसरे जिहड़े उहनां नू लै लो ਤੁਸੀਂ ਜਿਹੜਾ ਆਪਣਾ ਉਹ ਜਿਹੜਾ ਸ਼ੁਐਬ ਮਲਿਕ ਸਾਹਿਬ ਨੂੰ ਲੈ ਲਓ, ਹੋਰ ਇੱਦਾਂ ਦੇ ਇੱਕ ਦੋ ਜਿਹੜੇ ਉਹਨਾਂ ਨੂੰ ਲੈ ਲਓ ਤੁਸੀਂ ਕੋਈ ਹਿਸਾਬ ਕਿਤਾਬ ਲਾ ਕੇ। ਕੀ ਕਰਨ ਦੇ ਸਮੇਂ ਨਹੀਂ ਲੱਗਣ ਦੇ ਸਰ ਮੇਰੀ ਗੱਲ ਸੁਣੋ, ਅਸੀਂ ਕੋਈ ਮਾੜੀ ਟੀਮ ਆ, ਸਾਰੇ ਸਟਾਰ ਤੋਂ ਸਟਾਰ ਬੰਦੇ ਸਾਡੀ ਟੀਮ 'ਚ ਨੇ, ਅਸੀਂ ਕਿਹੜੀ ਹੁਣ ਜਦੋਂ ਦੇਖੋ ਸਵੇਰ ਨੂੰ ਮੈਂ ਘਰੋਂ ਨਿਕਲਣ ਲੱਗਾ ਵਾਂ ਤੁਹਾਡੀ ਭਰਜਾਈ ਲੜ ਪਈ, ਉਦਣ ਦਿਨ ਨੈਸ਼ੀ ਪੈ ਗਈ। ਨਹੀਂ ਕਿੱਦਣ ਦੀ ਗੱਲ ਕਰਨੇ ਆ ਤੁਸੀਂ? ਪਹਿਲੇ ਤਾਂ ਮੈਂ ਓਵਰਆਲ ਗੱਲ ਕਰ ਰਿਹਾ ਕਿ ਓਵਰਆਲ ਟੀਮ ਦੀ ਸਿਲੈਕਸ਼ਨ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਬਲਕਿ ਸਾਰੀ ਕੌਮ ਕਹਿ ਰਹੀ ਕਿ ਨਹੀਂ ਸਹੀ ਹੋਈ, ਔਰ ਸਭ ਤੋਂ ਬਹੁਤਾ ਜਿਹੜਾ ਨਾ ਉਹ ਕਹਿ ਰਹੇ ਨੇ ਜਿਹੜੇ ਆਪਣਾ ਯਾਰ ਜਿਹੜੇ ਸਾਡੇ ਫਾਸਟ ਬੋਲਰ ਆ ਸ਼ੁਐਬ ਅਖਤਰ, ਸ਼ੁਐਬ ਅਖਤਰ ਸਾਹਿਬ ਸਭ ਤੋਂ ਬਹੁਤਾ ਵਿਚਾਰੇ ਪਰੇਸ਼ਾਨ ਨੇ, ਖਿਜੇ ਨੇ ਉਹ ਕਿ ਯਾਰ ਇਹ ਕੀ ਕਰਦੇ ਪਏ ਨੇ। ਤੇ ਚਲੋ ਤੁਸੀਂ ਆਪ ਕਹਿ ਦਿੰਦੇ ਕਿ ਭਾਈ ਅਸੀਂ ਹਾਲੇ ਛੋਟੇ ਆ, ਅਭੀ ਹਮ ਬੱਚੇ ਹੈ, ਅਭੀ ਹਮ ਦੋ ਸਾਲ ਸਾਨੂੰ ਹੋਰ ਹਾਲੇ ਦਿਓ ਟਾਈਮ। ਇਹਨਾਂ ਦੀ ਗੱਲ ਕਰੋ, ਮੇਰੀ ਪਰਫਾਰਮੈਂਸ ਹਰ ਮੈਚ 'ਚ ਅੱਛੀ ਹੈ। ਦੇਖੋ ਆਹ ਪਿਛਲੇ ਮੈਚ 'ਚ ਮੈਂ 4 ਸਕੋਰ ਕੀਤਾ, ਉਹਦੀ ਵਜ੍ਹਾ ਕਪਤਾਨ, ਇਹਨੇ ਮੈਨੂੰ ਜਾਣ ਤੁਸੀਂ ਬਾਬਰ ਆਜ਼ਮ ਹੋ ਬਣੇ ਇਸ ਸ਼ੋਅ 'ਚ? ਨਹੀਂ ਜੀ ਮੈਂ ਖਿਲਾੜੀ ਹਾਂ ਰੈਂਡਮ ਵੈਸੇ। ਅੱਛਾ ਫੇਰ ਠੀਕ ਆ, ਠੀਕ ਹੈ ਜੀ। ਨਹੀਂ ਨਹੀਂ ਜਿਹੜਾ ਸਾਡਾ ਮੈਚ ਹੋਇਆ ਵਾ ਭਾਜੀ ਨਾਲ, ਇੰਡੀਆ ਭਾਜੀ ਨਾਲ, ਹਾਂਜੀ ਉਹਦਾ ਕੀ ਤੁਸੀਂ ਕੀਤਾ? ਮੈਂ 4 ਸਕੋਰ ਬਣਾਇਆ, ਉਹਦੀ ਵਜ੍ਹਾ ਬਾਬਰ ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਹੁਣ ਚੱਲਾ ਨਾ 4 ਸਕੋਰ ਕਰਕੇ ਹੀ ਆਈ, ਤੇ ਮੈਂ 4 ਸਕੋਰ ਕਰਕੇ ਆ ਗਿਆ। ਉਹ ਜ਼ਿੰਦਗੀ 4 ਦਿਨਾਂ ਦੀ ਆ, ਤੁਸੀਂ ਇੱਕ ਦਿਨ ਦਾ ਇੱਕ ਸਕੋਰ ਕਰਕੇ ਪੂਰੀ ਜ਼ਿੰਦਗੀ ਦੇ ਸਕੋਰ ਕਰਕੇ ਵਾਪਸ ਆ ਗਏ। ਉਸਤਾਦ ਜੀ ਵੇਖੋ ਮੈਂ ਸੁੱਤਾ ਉੱਠਿਆ ਮ ਸਵੇਰ, ਉਹਨਾਂ ਨੇ ਨਾ ਮੈਨੂੰ ਦੱਸਿਆ ਨਾ ਪੁੱਛਿਆ, ਉਹ ਕਹਿੰਦੇ ਮੈਚ ਹੈ ਜੀ, ਨਾ ਮੈਂ ਨਾਸ਼ਤਾ ਕੀਤਾ ਨਾ ਕੋਈ, ਫਿਰ ਇਦਾਂ ਹੀ ਆ, ਇਦਾਂ ਹੀ ਹੁੰਦਾ ਜੀ, ਇਹ ਸੁੱਤਾ ਹੀ ਹੁੰਦਾ। ਠਹਿਰ ਜੋ, 4 ਸਕੋਰ ਕਰਕੇ ਤੁਸੀਂ ਬਾਹਰ ਆ ਗਏ, ਹਾਂਜੀ ਤੁਹਾਡਾ ਕੰਮ ਪੂਰਾ ਹੋ ਗਿਆ ਬਿਲਕੁਲ। 4 ਸਕੋਰ ਕਰਨ ਦੀ ਵਜ੍ਹਾ ਤੋਂ ਥੋੜਾ ਹੋਰ ਖੇਡ ਲੈਂਦੇ ਵਜ੍ਹਾ ਕੀ? ਸਾਰਾ ਮੈਚ ਮੇਰੇ ਮੋਢਿਆਂ ਤੇ ਹੁਣ ਪਾ ਦੇਣਾ, ਬਾਕੀ 11 ਨਹੀਂ ਤਨਖਾਹ ਲੈਂਦੇ? ਨਹੀਂ 44 ਸਕੋਰ ਸੀ ਵੀ ਜਿਹੜਾ ਸਾਰਿਆਂ ਨੇ 4-4 ਕਰਕੇ ਆਉਣੇ। ਚਲੋ ਅਸੀਂ ਆਪਣਾ ਹਿੱਸਾ ਤੇ ਪਾਇਆ ਹੈ ਨਾ, 4 ਨਾ ਨਾਮ ਹੀ ਪਾਉਂਦਾ ਤੇ ਜਿੱਥੇ ਅਸੀਂ 150 ਤੋਂ ਹਰੇ 154 ਤੋਂ ਹਰ ਜਾਂਦੇ। ਚਾਰਾਂ ਦਾ ਬੜਾ ਫਰਕ ਹੁੰਦਾ ਵਾ, ਛੇ ਤਾਂ ਸਵਾ ਹੁੰਦਾ ਵਾ। ਨਹੀਂ ਸਕੋਰ ਕਿਉਂ ਨਹੀਂ ਹੋਏ, ਵਜ੍ਹਾ ਕੀ ਬਣੀ? ਪ੍ਰੋਬਲਮ ਸੀ ਕੋਈ, ਘਰ ਦਾ ਮਸਲਾ ਸੀ ਕੋਈ? ਘਰ ਦਾ ਮਸਲਾ ਵੀ ਸੀ, ਉਂਝ ਵੀ ਉਹ ਬਾਲਾਂ ਇੰਨੀਆਂ ਤੇਜ਼ ਕਰਾਂਦੇ ਅੱਗੇ ਠੱਪੇ ਰੱਖਦੇ ਆ, ਉਹ ਪਤਾ ਵੀ ਨਹੀਂ ਚੱਲਦਾ, ਸਮਝ ਹੀ ਨਹੀਂ ਆਉਂਦੀ ਕੀ ਕਰੀਏ। ਮਤਲਬ ਤੁਹਾਨੂੰ ਆਰਾਮ ਨਾਲ ਇੰਜ ਕਰਕੇ ਬਾਲ ਕਰਾਉਣ? ਚਲੋ ਆਰਾਮ ਨਾਲ ਨਾ ਕਰਨ, ਲੇਕਿਨ ਐਡੀ ਤੇਜ਼ ਯਾਨੀ ਤੁਹਾਨੂੰ ਦੱਸ ਕੇ ਕਰਨਾ ਵੀ ਮੈਂ ਇੱਥੇ ਕਰਕੇ ਬਾਲ ਕਰਾਉਣਾ ਹੈ। ਪਿੱਛੇ ਠੱਪਾ ਰੱਖਣ, ਦੇਖੋ ਤੁਹਾਡਾ ਵੀਰ ਚੌਕੇ ਤੇ ਚੌਕਾ, ਛਿੱਕੇ ਤੇ ਛਿੱਕਾ, ਠੱਪਾ ਪਿੱਛੇ ਰੱਖਣ, ਹਾਂਜੀ ਹੁਣ ਯਾਰ ਕਰਾਂਗੇ ਖੇਡੀ ਜਾਈ। ਨਹੀਂ ਨਹੀਂ ਬਿਲਕੁਲ ਸਹੀ ਗੱਲ, ਤੁਸੀਂ ਸਰ ਦੱਸੋ ਤੁਸੀਂ ਕਿਉਂ ਨਹੀਂ ਪਰਫਾਰਮੈਂਸ ਸਹੀ ਕੀਤੀ? ਸਰ ਪਹਿਲੇ ਤਾਂ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਕਿ ਤੁਸੀਂ ਮੇਰੀ ਸਲਾਹੀਤ ਨੂੰ, ਮੇਰੀ ਅਹਿਮੀਅਤ ਨੂੰ। ਭਾਜੀ ਕੌਮ ਤੁਹਾਡਾ ਹਜ਼ਾਰਾਂ ਸਵਾਲ ਉਠਾ ਰਹੀ ਤੁਹਾਡੇ ਤੋਂ, ਉਧਰ ਜਵਾਬ ਦਿਓ। ਸਰ ਦੇਖੋ ਜੀ, ਜਦੋਂ ਮੈਨੂੰ ਲੈ ਗਏ ਧੋਖੇ ਨਾਲ, ਇਹਨਾਂ ਨੇ ਕਿਹਾ ਸੀ ਵੀ ਇੰਡੀਆ ਫਿਰ ਕੇ ਆ ਜਾਏਗਾ, ਤੂੰ ਨਾ ਖੇਡੀ ਭਾਵੇਂ, ਤਸਵੀਰਾਂ ਤਸਵੀਰਾਂ ਲੈ ਲਈ, ਸੈਲਫੀਆਂ ਲੈ ਕੇ ਆ ਜੀ, ਤੈਨੂੰ ਟਟੋਲਕਰ ਸਾਹ ਦਾ ਬਣਾਵਾਂਗੇ, ਸੁਭਾਗ ਸਾਹ ਦਾ ਬਣਾਵਾਂਗੇ। ਮੈਂ ਤਾਂ ਕਿਹਾ ਫਿਰਨ ਤੁਰ, ਮੈਨੂੰ ਹੁਣ ਕਹਿੰਦੇ ਖੇਡਣਾ ਪੈਣਾ, ਹੁਣ ਖੇਡਿਆ ਮਜਬੂਰੀ। ਦੇਖੋ ਬੋਲਿੰਗ ਹੁੰਦੀ ਦੋ ਉਂਗਲਾਂ ਨਾਲ, ਆ ਨਾਖੁਨ ਵਧਿਆ ਹੋਣਾ ਚਾਹੀਦਾ ਤਾਂ ਕਿ ਵਾਲ ਤੁਹਾਡਾ ਪੂਰਾ ਸਵਿੰਗ ਹੋਵੇ। ਮੈਨੂੰ ਅਗਲੇ ਦਿਨ ਨੌ ਘਟਾ ਤੇ, ਮੈਂ ਕਿਦਾਂ ਸਵਿੰਗ ਕਰਨੀ ਸੀਗੀ? ਸਾਡੇ ਨਾਲ ਟੈਕਨੀਕਲ ਜਿਹੜੇ ਪੰਗੇ ਉਹਨਾਂ ਨੂੰ ਤੇ ਸਤਾਜ ਜੀ ਸਮਝਣ ਦੀ ਕੋਸ਼ਿਸ਼ ਕਰੋ ਨਾ, ਆਵਾਮ ਤਾਂ ਸਾਡੇ ਖਿਲਾਫ ਹੋਈ ਪਈ। ਆਵਾਮ ਤੁਹਾਡੀਆਂ ਕਰਤੂਤਾਂ ਤੋਂ ਹੋਈ ਪਈ ਹੈ? ਉਹ ਯਾਰ ਏਦਾਂ ਵੀ ਕੋਈ ਖੇਡ ਦਾ ਭਲਾ? ਭਾਜੀ ਇਹ ਖੇਡ ਹੈ, ਇਹ 'ਚ ਕੁਛ ਵੀ ਹੋ ਸਕਦਾ। ਸਰ ਦੇਖੋ ਅਸੀਂ ਹੈਗੇ ਯੰਗ ਟੈਲੈਂਟ, ਅੱਜ ਨਹੀਂ ਤਾਂ ਕੱਲ ਅਸੀਂ ਪਰਫਾਰਮ ਕਰਾਂਗੇ। ਉਨੀ ਦੇਰ 'ਚ ਮਤਲਬ ਕਿ ਅਸੀਂ ਗਿਣੇ ਜਾਈਏ ਵੀ ਇਹ ਹੁਣ ਫਾਰਗ ਹੋ ਗਈ ਟੀਮ, ਉਸ ਤੋਂ ਬਾਅਦ ਕਰ ਲਓਗੇ ਤੇ ਕੀ ਕਰ ਲਓਗੇ? ਆਹ ਤੇ ਮੌਕਾ ਵਾ,
ਬਜ਼ੁਰਗ ਤਾਂ ਕੱਢੋ ਵਿੱਚੋਂ ਹੁਣ ਪੰਜਾਹ ਪੰਜਾਹ ਸਾਲ ਚਾਚਾ ਜੀ ਤੁਸੀਂ ਮਤਲਬ ਹੋਰ ਕੰਮ ਕਰ ਲਓ ਵੀ ਜ਼ਰੂਰੀ ਤੁਸੀਂ ਇਹੀ ਖੇਡਣਾ ਮੈਂ ਜੀ ਗੱਲ ਇਹ ਆ ਵੀ ਮੈਨੂੰ ਤਾਂ ਬਿੱਲ ਬਹੁਤ ਆਇਆ ਸੀ ਜਿਹੜੀ ਵਜ੍ਹਾ ਇਹ ਵਾ ਦੂਸਰੀ ਗੱਲ ਰੋਟੀ ਅਸੀਂ ਰੱਜ ਕੇ ਕੋਈ ਨਹੀਂ ਖਾਧੀ ਤੀਸਰੀ ਗੱਲ ਇਹ ਵੀ ਬੁੱਢੇ ਵਰੇ ਹੁਣ ਮੈਂ ਕਿੰਨੇ ਕੁ ਛੱਕੇ ਮਾਰ ਲਾ ਕੋਈ ਇਹਨਾਂ ਨੂੰ ਵੀ ਕਰਨਾ ਚਾਹੀਦਾ ਉਹ ਕਹੀ ਜਾਂਦਾ ਮੈਂ 4 ਸਕੋਰ ਬਣਾ ਕੇ ਆਪਣਾ ਕੰਮ ਕਰ ਲਿਆ ਉਹ ਕਹਿੰਦਾ ਮੈਨੂੰ ਇਹ ਗੇੜੇ ਨਾਲ ਲੈ ਗਏ ਤੇ ਇਹ ਕਿਹੜੀ ਟੀਮ ਆ ਚੱਲਣ ਡੇ ਆ ਤੇਲ ਦਾ ਰੇਟ ਪੈਟਰੋਲ ਦਾ ਰੇਟ ਕਿੱਥੇ ਚਲੇ ਗਿਆ ਚੀਨੀ ਜਿਹੜੀ ਆ ਉਹ ਛੱਡਦੇ ਯਾਰ ਤੂੰ ਕੋਈ ਹੋਰ ਕੰਮ ਕਰ ਲੈ ਤੂੰ ਭਾਈ ਪੂਰੀ ਕੌਮ ਦੀਆਂ ਆਸਾਂ ਉਮੀਦਾਂ ਦੇ ਉੱਪਰ ਕਿਉਂ ਤੁਸੀਂ ਪੈਟਰੋਲ ਪਾਈ ਜਾ ਰਹੇ ਮੇਰੀ ਵਜ੍ਹਾ ਤੋਂ ਬਰਕਤ ਆ ਟੀਮ 'ਚ ਤੇ ਮੈਂ ਛੱਡ ਦਿਆਂ ਬੁੱਢੇ ਬਾਰੇ ਮੈਂ ਹੁਣ ਮੈਂ ਹੋਰ ਕੋਈ ਟੱਕਾ ਕੰਮ ਕਰ ਲਾ ਮਨਾਉਂਦਾ ਹੀ ਬੁੱਢੇ ਬਾਰੇ ਵੀ ਕ੍ਰਿਕਟ ਪਿਆ ਖੇਡਦਾ ਏ ਹਾਂਜੀ ਤੇ ਜਵਾਨੀ 'ਚ ਵੀ ਕੱਖ ਨਹੀਂ ਹੋਏਗਾ ਤੂੰ ਕਹਿੰਦਾ ਹੋਏਗਾ ਜਵਾਨੀ ਵਿੱਚ ਵੀ ਫੀਲਡਿੰਗ ਸੋਹਣੀ ਆ ਹਮੇਸ਼ਾ ਯੰਗ ਟੈਲੈਂਟ ਨੇ ਹੀ ਕੱਪ ਜਿੱਤੇ ਯੰਗ ਟੈਲੈਂਟ ਨੇ ਨਹੀਂ ਭਾਜੀ ਬੋਲਰਾਂ ਦਾ ਕਸੂਰ ਆ ਸਾਰਾ ਦੱਸੋ ਜੀ ਚਾਚਾ ਜੀ ਕਿਸੇ ਨੂੰ ਦੱਸਣ ਦਿਓਗੇ ਤੇ ਫਿਰ 10 ਮੁੰਡਿਆਂ ਤੋਂ ਉਹਨੂੰ ਪੁੱਛੋ ਠਹਿਜੋ ਮਿੰਟ ਠਹਿਜੋ ਤੁਸੀਂ ਵੀ ਠਹਿਜੋ ਤੁਸੀਂ ਬੋਲਰ ਹੋ ਜੀ ਤੁਸੀਂ ਕਿਉਂ ਨਹੀਂ ਪਰਫਾਰਮੈਂਸ ਸਹੀ ਕੀਤੀ ਜੀ ਸ਼ਹੀਨ ਗਰੀ ਦੀ ਹੈ ਜੀ ਹਾਂਜੀ ਅਗਰ ਆਏ ਹਾਂ ਯੈਸ ਕੀ ਜੀ ਦੁਬਾਰਾ ਜ਼ਰਾ ਸ਼ਹੀਨ ਕਿੱਦਾਂ ਕਰਨਾ ਮੇਰਾ ਜਿਹੜਾ ਹਿਸਾਬ ਆ ਨਾ ਸਰ ਜੀ ਮੈਂ ਪਹਿਲੀਆਂ 2 ਓਵਰਾਂ ਚ ਚੱਲ ਗਿਆ ਤੁਸੀਂ ਪ੍ਰੈਕਟਿਸ ਪ੍ਰੁਕਟਿਸ ਨਹੀਂ ਕਰਦੇ ਕੋਈ ਪਹਿਲੀ 2 ਓਵਰਾਂ ਦੀ ਪ੍ਰੈਕਟਿਸ ਜੇ ਮੈਂ ਸਹੀ ਕਰ ਲਈਆਂ ਤੇ ਮੇਰੀ ਬੱਲੇ ਬੱਲੇ ਕਿੰਨੇ ਮੈਚ ਮੇਰੀ ਵਜ੍ਹਾ ਤੋਂ ਪਹਿਲੀਆਂ 2 ਓਵਰਾਂ ਚ ਅਗਰ ਤੁਸੀਂ ਤੁਹਾਨੂੰ ਪੈ ਗਈਆਂ ਤੇ ਅਗਲੀਆਂ 8 ਫਿਰ ਪੈਣੀਆਂ ਹੀ ਮੇਰਾ ਜੀ ਇਹ ਸ਼ੁਰੂ ਤੋਂ ਹੀ ਮੇਰਾ ਇਹ ਰਿਕਾਰਡ ਵਿਕਟ ਲੈ ਕੇ ਕੱਲਾ ਕਰਦਾ ਉਹ ਤਾਂ 90 ਸਕੋਰ ਮਾਰ ਕੇ ਸਾਰੇ 11 ਹੀ ਕਰਨੇ ਸੀ ਉਹ ਵਾਲੇ ਤੇ ਇਹ ਗੱਲਾਂ ਕਰਦੇ ਆ ਮੈਂ ਇਹਨੂੰ ਹਾਰਸ ਨੂੰ ਕਹਿੰਦਾ ਹੁੰਦਾ ਇਹਨੂੰ ਹਾਰਸ ਦੱਸ ਜ਼ਰਾ ਵੀ ਜਦੋਂ ਮੈਂ ਤੈਨੂੰ ਕਿਹਾ ਸੀ ਵਸੀਮ ਅਕਰਮ ਤੇ ਸ਼ੁਏਬ ਮਲਿਕ ਵਸੀਮ ਅਕਰਮ ਨੂੰ ਸ਼ੁਏਬ ਅਖਤਰ ਨੂੰ ਫਾਲੋ ਕਰੇ ਗੁਗਲੀ ਸਪੇਰ ਚ ਹੁੰਦੀ ਆ ਗੁਗਲੀ ਸਪੇਰ ਚ ਹੁੰਦੀ ਆ ਟਾਰਗੇਟ ਦੇਖੋ ਨਾ ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਟਾਰਗੇਟ ਤੁਸੀਂ ਦਵਾਉਣਾ ਉਹਨਾਂ ਨੂੰ ਬੈਸਟ ਬੈਨਨ ਟਾਰਗੇਟ ਕਿ ਤੁਸੀਂ ਬੋਲਿੰਗ ਅਗਰ ਅੱਛੀ ਨੱਪ ਕੇ ਕੀਤੀ ਹੈ ਉਹਨਾਂ ਹੀ ਟਾਰਗੇਟ ਉਹਨਾਂ ਨੂੰ ਈਜ਼ੀ ਹੋਏਗਾ
ਹੁਣ ਤੁਸੀਂ ਇੱਕ ਅਵਰ ਚ 24-24 ਖਾ ਕੇ ਮੁੜ ਕੇ ਉਹਨਾਂ ਨੂੰ ਕਹੋ ਚਲੋ ਵੀ ਭੁਗਤੋ ਸਰ ਕੋਈ ਸ਼ਡਿਊਲ ਹੁੰਦਾ ਕੋਈ ਡੇਟ ਹੁੰਦੀ ਆ ਐਵੇਂ ਰਾਤ ਨੂੰ ਕਹਿੰਦਾ ਹਾਂ ਕੰਮ ਤੋਂ ਘਰ ਆ ਗਿਆ ਸਵੇਰੇ ਮੈਚ ਆ ਏਦਾਂ ਨਹੀਂ ਹੁੰਦਾ ਨੈਟ ਹੁੰਦੇ ਬਕਾਇਦਾ ਸਾਨੂੰ ਧੱਕੇ ਤੇ ਲੈ ਜਾਂਦੇ ਨਾਲ ਅੱਜ ਇਹਦਾ ਚਾਚਾ ਇਫਤਕਾਰ ਬਣਿਆ ਫਿਰ ਦਾ ਆਲ ਰਾਊਂਡਰ ਇਹਨੂੰ ਚਾਹੀਦਾ ਆ ਜਾਂ ਬੋਲਰ ਬਣ ਜਾਵੇ ਜਾਂ ਬੈਟਸਮੈਨ ਇੱਕ ਐਵੇਂ ਇਹਨੇ ਦੋਵਾਂ ਪਰ ਅਵਰ ਦਾ ਪਾਈਆ ਚਾਹੀਦਾ ਇਹਨੂੰ ਅਗਰ ਇਹਨੇ 10 ਅਵਰਾਂ ਖੇਲਣੀਆਂ ਤੇ ਇਹਨੂੰ 10 ਪਾਈਏ ਚਾਹੀਦੇ ਤੇ ਤੁਸੀਂ ਮੈਨੂੰ ਹੁਣ ਇਹ ਦੱਸੋ ਜਿਹੜੇ ਬਾਹਰ ਦੇ ਮੁਲਕਾਂ ਦੇ ਕੋਚ ਰੱਖੇ ਆ ਉਹਨਾਂ ਦੀਆਂ ਤਨਖਾਹਾਂ ਪੂਰੀਆਂ ਕਰੀਏ ਕਿ ਇਹਨਾਂ ਦੇ ਦੁੱਧ ਲਵਾਈਏ ਚਾਚਾ ਜੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਇਸ ਪੰਗੇ 'ਚ ਪਏ ਤੂੰ ਛੱਡੋ ਕੋਈ ਹੋਰ ਕੰਮ ਕਰ ਲਓ ਇਸ ਉਮਰੇ ਤੁਸੀਂ ਸਾਨੂੰ ਕੌਮ ਜਿਹੜੀ ਆ ਉਹ ਵਿਚਾਰੀ ਇੰਨਾ ਤੁਸੀਂ ਨਿਰਾਸ਼ ਕਰਤਾ ਕੌਮ ਨੂੰ ਮੈਂ ਪੁੱਤ ਚੰਗਾ ਭਲਾ ਵੇਖਾ ਵੇ ਨਹੀਂ ਖੇਡਣ ਦੇ ਵਿੱਚ ਤੁਸੀਂ ਬੈਸਟਮੈਨ ਹੀ ਕੋਈ ਨਹੀਂ ਤੁਹਾਡੀ ਕੋਈ ਗੱਲ ਹੀ ਨਹੀਂ ਪਰਫਾਰਮੈਂਸ ਹੀ ਕੋਈ ਨਹੀਂ ਖੰਘੀ ਜਾਂਦੇ ਆ ਸਿੰਗਲ ਹੈ ਕਿ ਇੱਧਰ ਅੰਗਰੇਜ਼ ਲਾਉਂਦੇ ਖੰਘੀ ਜਾਂਦੇ ਅੰਗਰੇਜ਼ ਐਂ ਕਰਨ ਡਿਆ ਹੁੰਦਾ ਅੰਪਾਇਰ ਵਿਚਾਰਾ ਕਿਉਂਕਿ ਲੈ ਜਾਂਦਾ ਯਾਰ ਉੱਧਰ ਕਿਤੇ ਪਾਸੇ ਮੇਰੇ ਕੋਲ ਇੱਕ ਕੰਮ ਹੈ ਵਾ ਇੱਕ ਲਿਫਟ ਬਸ ਉੱਤੇ ਥੱਲੇ ਕਰਨੀ ਲੈਂਡਰ ਵਾਲੀ ਬਸ ਉਹ ਐਨਜੀ ਸਰੀਆ ਖਿੱਚਿਆ ਕਰਨਾ ਉਹ ਕਰਨਾ ਕ੍ਰਿਕਟ ਛੱਡ ਦੇ ਇੱਕ ਦੋ ਮੈਚਾਂ 'ਚ ਤੇ ਚਾਚੇ ਨੇ ਸਿੰਗਲ ਲੈ ਕੇ ਬੈਟ ਫੜ ਕੇ ਬਹਿ ਗਿਆ ਸੀ ਬਹਿ ਗਿਆ ਇਹਦੀ ਏਜ ਹੀ ਨਹੀਂ 10 ਸਾਲ ਲੱਗੇ ਆਪਣੇ ਨਾਲ ਬਰਲ ਯਾਰ ਤੁਸੀਂ ਸਾਨੂੰ ਨਾ ਕਸਮੇ ਵੀ ਨਿਰਾਸ਼ ਕਰ ਦਿੱਤਾ ਭਾਜੀ ਮੇਰੀ ਗੱਲ ਸੁਣੋ ਉਹ ਯਾਰ ਤੁਸੀਂ ਥੋੜਾ ਜਿਹਾ ਹਾਰ ਜਾਂਦੇ ਤੁਸੀਂ ਥੋੜਾ ਤਰੀਕੇ ਨਾਲ ਲੜ ਕੇ ਹਾਰਦੇ ਵੀ ਚਲੋ ਤੁਸੀਂ ਕੋਈ 190 ਦੇ ਸਾਰੇ ਆਊਟ ਹੋ ਗਏ ਆ ਭਾਜੀ 50 ਓਵਰਾਂ ਯਾਰ ਪੰਨੂ ਛਿਕਾ ਦੀ 300 ਬਾਲ ਸੀ ਨਹੀਂ 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 ਭਾਜੀ ਇਹ 2.5-3.5 ਤੇ ਸਕੋਰ ਕਰਦੇ ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦਾ ਮੈਚ ਕਿੱਥੇ ਹੋ ਰਿਹਾ ਸੀ ਇੰਡੀਆ ਕਰਾਊਡ ਟੋਟਲ ਕਿੰਨਾ ਦਾ ਸੀ ਇੰਡੀਆ ਤਾਂ ਸੀ ਲੇਕਿਨ ਉਹਦੇ 'ਚ ਮੁਸਲਮਾਨ ਵੀ ਸੀ ਕ੍ਰਿਸਚਨ ਵੀ ਸੀ ਹਿੰਦੂ ਵੀ ਸੀ ਸਾਰੇ ਸੀ ਲੇਕਿਨ ਸਾਡੇ ਖਿਲਾਫ ਨਾਰੇਬਾਜ਼ੀ ਹੋ ਰਹੀ ਸੀ ਅਸੀਂ ਕਿੰਨੇ ਪਰਫਾਰਮ ਕਰਦੇ ਹੋ ਇਹਦੇ ਨਾਲ ਕੀ ਫਰਕ ਪੈਂਦਾ ਤੁਸੀਂ ਕਾਹਦੇ ਖਿਲਾੜੇ ਹੋ ਫਿਰ ਉਹ ਭਾਜੀ ਇਹਨੇ ਬੰਦਾ ਪਜ਼ਲ ਹੋ ਜਾਂਦਾ ਉਹ ਕੋਈ ਪਜ਼ਲ ਨਹੀਂ ਹੁੰਦਾ ਉਹ ਵੀ ਆਪਣਾ ਹੀ ਨੇ ਸਾਰੇ ਬੈਟਸਮੈਨਾਂ ਦਾ ਕੋਈ ਕਸੂਰ ਨਹੀਂ ਅਸੀਂ ਪਿਛਲੇ ਮੈਚ 'ਚ 325 ਮਾਰਿਆ ਜੀ ਬੈਟਸਮੈਨਾਂ ਨੇ ਅਸੀਂ ਜਿਤਾਇਆ ਅਗਲੇ ਮੈਚ 'ਚ ਘੱਟ ਵਜਿਆ ਇਹਨਾਂ ਨੂੰ ਚਾਹੀਦਾ ਸੀ ਡਿਫੈਂਡ ਕਰਦੇ ਹੋ ਪਿਛਲਾ ਮੈਚ ਇਹ ਆਰਾਮ ਨਾਲ ਖੇਲੇ ਆ ਇਹਨਾਂ ਨੂੰ ਕਿਹਾ ਜਲਦੀ ਨਾ ਕਰਿਓ ਇਹਦੇ 'ਚ ਇਹਨਾਂ ਨੇ ਜਲਦੀ ਕੀਤੀ ਹੈ ਇਹ 5 ਓਵਰਾਂ ਰਹਿੰਦੀਆਂ ਹਾਂਜੀ ਨਾਲੇ ਦੇਖੋ ਯੰਗ ਟੈਲੈਂਟ ਨੂੰ ਅੱਗੇ ਆਉਣਾ ਚਾਹੀਦਾ ਸੀ ਅੱਜ ਨਹੀਂ ਕੱਲ ਚੱਲ ਜਾਵਾਂਗੇ ਆ ਬਜ਼ੁਰਗ ਕੱਢੋ ਟੀਮ ਚੋਂ ਵੀ ਐਦਾਂ ਹੀ ਛੱਡ ਦੇ ਥੱਲੋ ਸਲੂਕਾ ਕੌਣ ਪਾ ਕੇ ਜਾਂਦਾ ਤੇਰੇ ਕੋਲ ਕਿਉਂ ਨਹੀਂ ਹੁੰਦੀ ਬੋਲਿੰਗ ਸਹੀ ਕੀ ਮਸਲਾ ਤੇ ਬੋਲਿੰਗ ਮੈਂ ਤੁਹਾਨੂੰ ਦੱਸਿਆ ਮੈਂ ਕਰਦਾ ਪਹਿਲੇ ਮੇਰੇ ਇਹਨਾਂ ਨੂੰ ਦੱਸੋ ਕਿੰਨੇ ਮੇਰੇ ਤੁਸੀਂ ਯਾਰ ਇਸ ਮੈਚ 'ਚ ਕਿਉਂ ਨਹੀਂ ਹੋਈ ਤੁਹਾਡੇ ਕੋਲ ਇਸ ਮੈਚ 'ਚ ਬਸ 2 ਓਵਰਾਂ 'ਚ ਮੈਨੂੰ ਪਹਿਲੇ ਵੱਜ ਗਏ ਛੇਕੇ ਮੈਂ ਆਪਣੇ ਨੂੰ ਮਾਰਿਆ ਯਾਰ ਕਰ ਵੱਜ ਗਏ ਬੋਲ ਤੁਸੀਂ ਕੋਈ ਰੈਸਲ ਕਰੋ ਕੋਈ ਪ੍ਰੈਕਟਿਸ ਕਰੋ ਨੈਟ ਕਰੋ ਰੈਸਲ ਕਰਦੇ ਮੈਂ ਇਹਨਾਂ ਨੂੰ ਕਿਹਾ ਸੀ ਕਪਤਾਨ ਨੂੰ ਵੀ ਮੈਨੂੰ ਉਹ ਮਸ਼ੀਨ ਲਿਆ ਦੇਣ ਬੋਲਿੰਗ ਮਸ਼ੀਨ ਉਹਦੇ ਵਿੱਚ ਮੈਂ ਗੇਂਦਾਂ ਸਪੀਡ ਨਾਲ ਸੁੱਟ ਲਈ ਸੀ ਨਾ ਨੋ ਬਾਲ ਨਾ ਵਾਈਟ ਉਹ ਜਿਹੜੀ ਆਪੇ ਗੇਂਦਾਂ ਕਰਾਉਂਦੀ ਹਾਂਜੀ ਤੇ ਤੂੰ ਸਿਰਫ ਉੱਤੇ ਖਲੋ ਕੇ ਤੇ ਉਹ ਹਾਂਜੀ ਮੈਂ ਪੂਰੀ ਜ਼ੋਰ ਨਾਲ ਸੁੱਟਣੀ ਸੀ ਹਾਂਜੀ ਸਹੀ ਗੱਲ ਖਿੱਚ ਕੇ ਬਟਨ ਟੱਪਣਾ ਇਹਨੂੰ ਲਿਆ ਕੇ ਦਿੱਤੀ ਸੀ ਇਹ ਉਬਲੇ ਅੰਡੇ ਵਿੱਚ ਪਾਉਂਦਾ ਰਿਹਾ ਯਾਰ ਜੇ ਹਰ ਖਿਲਾੜੀ ਨੂੰ ਤੁਸੀਂ ਉਹਦੀ ਮਸ਼ੀਨ ਲਿਆ ਦਿਓ ਹਰ ਖਿਲਾੜੀ ਆਪਣੀ ਮਸ਼ੀਨ ਚੁੱਕੀ ਵੀਰੇ ਇਹਨੂੰ ਲਿਆ ਕੇ ਦਿੱਤੀ ਸੀ ਇਹ ਵਿੱਚ ਕਿਤੇ ਮੁਸੰਮੀਆਂ ਦਾ ਜੂਸ ਕਰਦਾ ਰਿਹਾ ਪਹਿਲੇ ਮੈਚਾਂ 'ਚ ਕਿੰਨਾ ਦਿਨ ਅੱਛਾ ਰਿਕਾਰਡ ਰਿਹਾ ਪਤਾ ਨਹੀਂ ਭਾਜੀ ਮੈਂ ਨਾਲ ਸੀ ਓ ਯਾਰ ਕਿਹੜਾ ਅੱਛਾ ਰਿਕਾਰਡ ਰਿਹਾ ਯਾਰ ਭਾਜੀ ਗੱਲ ਇਹ ਆ ਰੋਹਿਤ ਸ਼ਰਮਾ ਹੋਰਾਂ ਨੇ ਸਾਰਿਆਂ ਨੇ ਭਾਜੀ ਉੱਥੇ ਕਾਲਾ ਕਰਵਾਇਆ ਸਾਡੇ ਤੇ ਪੜ੍ਹਾਈ ਬੜੀ ਕੀਤੀ ਹਾਂ ਕਾਲਾ ਕਰਵਾਇਆ ਗੁੱਡਾ ਨੱਪਿਆ ਸੀ ਉਹ ਜਦੋਂ ਉਹਨੇ ਐ ਕਰਕੇ ਉਹ ਜਿਹੜੇ ਕਿਹੜਾ ਬੋਲਰ ਸੀ ਕੀ ਨਾਮ ਸੀ ਦਾ ਹਤੀਕ ਪਾਂਡਿਆ 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 ਨੇ ਜੀ ਐਜ ਕਰਕੇ ਉਹ ਕਹਿੰਦੇ ਜੀ ਪੜ੍ਹਾਈ ਕੀਤੀ ਪੜ੍ਹਾਈ ਨਹੀਂ ਕੀਤੀ ਉਹਨੇ ਥੁੱਕ ਤੇ ਗੇਂਦ ਤੇ ਉਹਨੂੰ ਤਿਲਕਣੀ ਕਰਕੇ ਮਾਰੀ ਸੀ ਗੇਂਦ ਉਹ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿਸੇ ਟਾਈਮ ਵੇਨਾ ਉਹ ਬਜ਼ੁਰਗੀ ਦਾ ਨਜ਼ਰ ਦਾ ਵੀ ਥੋੜਾ ਰੌਲਾ ਨਾ ਤੁਹਾਡਾ ਨਜ਼ਰ ਵੀ ਥੋੜੀ ਕਮਜ਼ੋਰ ਆ ਗੇਂਦ ਨਹੀਂ ਪਤਾ ਲੱਗਦਾ ਕਿਸ ਟਾਈਮ ਆ ਕੇ ਛੱਡ ਦਿਓ ਕੰਮ ਨੂੰ ਇਹਦੀ ਵਜ੍ਹਾ ਤੋਂ ਇੱਕ ਲਹਿਦਾ ਖਿਲਾੜੀ ਰੱਖਣਾ ਪਿਆ ਜਿਹੜਾ ਹੁਣ ਅੱਗੋਂ ਇਹਦੀ ਰਨਿੰਗ ਕਰਿਆ ਕਰਨੀ ਉਹਨੇ ਨਸਿਆ ਵੀ ਨਹੀਂ ਜਾਂਦਾ ਉਹਦੀ ਤਨਖਾਹ ਵੀ ਲਾਣੀ ਪੈਣੀ ਲਹਿਦਾ ਇਹ ਤੋਂ ਜਾਨੀ ਸਾਹਿਬ ਸਾਡਾ ਇਹੀ ਮੌਕਫ ਆ ਕੇ ਬਜ਼ੁਰਗ ਟੀਮ ਚੋਂ ਕੱਢੇ ਜਾਣ ਤੁਹਾਨੂੰ ਪਤਾ ਹੈਲਮਟ ਜਿਹੜਾ ਓਏ ਬਜ਼ੁਰਗ ਵੀ ਕੱਢੇ ਜਾਣ ਤੇ ਜਿਹੜੇ ਬਹੁਤੇ ਨਿੱਕੇ ਬੱਚੇ ਉਹ ਵੀ ਕੱਢੇ ਜਾਣ ਹੈਲਮਟ ਦੀ ਜਿਹੜੀ ਕੈਪ ਹੁੰਦੀ ਇੱਥੇ ਤੱਕ ਹੁੰਦੀ ਆ ਇਹਨਾਂ ਦੀ ਕੈਪ ਦੀ ਇੱਥੇ ਤੱਕ ਕੀਤੀ ਹੋਈ ਤਾਂ ਕਿ ਇਹਨੂੰ ਬਾਲ ਨਜ਼ਰ ਆਵੇ ਐ ਦੇਖਦੇ ਆ ਟੋ ਕੇ ਖੇਡਦਾ ਜੀ ਟੋ ਕੇ ਇੱਥੇ ਟੀਮ 'ਚ ਇਸ ਟਾਈਮ 2 ਬੈਟਸਮੈਨ 1 ਬੋਲਰ ਦੀ ਜ਼ਰੂਰਤ ਹਾਂ ਤੁਸੀਂ ਨਿਕਲੋ ਕਪਤਾਨ ਨੂੰ ਚਾਹੀਦਾ ਹੈ ਹੋਰ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਲਿਖਾ ਦੇ ਬੋਰਡ ਤੁਹਾਡਾ ਤੁਹਾਡਾ ਕੀ ਐਕਸਪੀਰੀਅੰਸ ਕੀ ਹੈ ਤੁਹਾਡਾ ਤੁਸੀਂ ਕਿੰਨਾ ਕੁ ਨੈਟ ਕਰਦੇ ਹੋ ਕਿੰਨਾ ਕੁ ਖੇਡਦੇ ਹੋ ਮੇਰੀ ਗੱਲ ਸੁਣੋ ਅੱਜ ਕੱਲ੍ਹ ਹੀ ਨੈਟ ਹੋ ਰਿਹਾ ਅੱਜ ਕੱਲ੍ਹ ਤੇ ਮਸ਼ਹੂਰੀਆਂ ਵੱਲੋਂ ਇੰਨੀ ਟਾਈਮ ਮਿਲ ਰਿਹਾ ਤੁਹਾਨੂੰ ਪਤਾ ਫਿਰ ਹੈ ਹੀਰੋ ਸ਼ੀਰੋ ਜ਼ਰਾ ਬ੍ਰੈਂਡ ਇਹ ਬੜਾ ਕੰਮ ਆ ਧਿਆਨ ਤੇ ਸਾਰਾ ਉਧਰ ਆ ਹੈ ਉਧਰ ਪਰਫਾਰਮੈਂਸ ਜਿਹੜੀ ਗਰਾਊਂਡ 'ਚ ਦੇਣੀ ਆ ਉਹ ਦਿਓ ਨਾ ਉਹ ਵੀ ਦੇ ਰਹੇ ਮਾੜੀ ਮੋਟੀ ਕੋਈ ਗੱਲ ਨਹੀਂ ਨਾਲ ਨਾਲ ਹੀ ਹੈ ਫਿਰ ਦੇਖੋ ਨਹੀਂ ਇੱਕ ਚੀਜ਼ ਤੁਹਾਨੂੰ ਸਕਰੀਨ ਤੇ ਲੈ ਕੇ ਆ ਰਹੀ ਹੀਰੋ ਬਣੇ ਹੋ ਤੁਸੀਂ ਚਾਚੇ ਤੁਹਾਨੂੰ ਨਹੀਂ ਮਸ਼ਹੂਰੀਆਂ ਕੋਈ ਆਉਂਦੀਆਂ ਆਰਡਰ ਨਹੀਂ ਮੈਂ ਵੱਡੀ ਕੁੜੀ ਦੇ ਮੁੰਡਿਆਂ ਦੀ ਦਵਾਈ ਦੀ ਕੋਈ ਗੱਲਬਾਤ ਕੋਈ ਸਰ ਨਹੀਂ ਨਹੀਂ ਮੇਰੇ ਨਾਲ ਕੋਈ ਨਹੀਂ ਮੈਂ ਹੁਣ ਪਿਛਲੇ ਦਿਨਾਂ 'ਚ ਮਸ਼ਹੂਰੀ ਕੀਤੀ ਖਾਦ ਦੀ ਖਾਦ ਦੀ ਹਾਂਜੀ ਹਾਂਜੀ ਉਹ ਜਿਹੜੀ ਤੂੰ ਤੁਸੀਂ
ठीक तेरा निजाम ठीक खेले तलक तबा लो पहले कोहली घुट घुट जफिया पाने को रोहित शर्मा रोटियां खाने चाचा जो कर मैं भुख लगी उस टाइम नानचने वाली रेहड़ी उस टाइम बोतल जेडी शह उन्हें लभी उन्हें मेनु लिया के दी मैं कि तारीफा कर अगले दिन सुबह मैं इन्होंने सानू सौन ही नहीं दिता दो तीन गुलूकार लियाए ने उथो नाल ढोलक शोलक पूरा निजाम साडा भी फिर दिल लग गया बैठे रहे चार बजे तक अगले दिन फिर हुण मैं क्या सोना की सवेरे सीधे मैच ते चलांगे 7 बजे ग्राउंड च जाना हुंदा मुंडिया ने प्रैक्टिस वगैरा ये वो मैं क्या करांगे जा ਅੱਗੋਂ ਫਿਰ ਉਹਨਾਂ ਨੇ ਸ਼ੋਅ ਰੱਖਿਆ ਹੋਇਆ ਸੀ ਅਮਿਤਾਬ ਬੱਚਨ ਸਾਹਿਬ ਆਏ ਨੇ ਇੱਧਰ ਉੱਧਰ ਹੋਰ ਫਿਰ ਤੁਹਾਨੂੰ ਪਤਾ ਫਿਰ ਯਰਾਨਾ ਤੇ ਬਣਦਾ ਨਾ ਉਹਨਾਂ ਨਾਲ ਦੁਆ ਸਲਾਮ ਕਰਦੇ ਕਰਦੇ ਗੱਲ ਇਹ ਵੀ ਸ਼ੰਕਰ ਮਹਾਦੇਵ ਨੇ ਜਦੋਂ ਸੁਣਾਇਆ ਨਾ ਅਲਬੇਲਾ ਸਜਣਾ ਹੋਏ ਹੋਏ ਉਹ ਲੱਥੇ ਹੀ ਨਹੀਂ ਦਿਮਾਗੋਂ ਸਵੇਰ ਤੀਕਰ ਹੁਣ ਮੈਂ ਉੱਥੇ ਛੱਕਾ ਮਾਰ ਦੇਣਾ ਅਲਬੇਲਾ ਸਜਣ ਨਾ ਸੁਣਿਆ ਹੁੰਦਾ ਨਾ ਚਾਹ ਹੀ ਬੜਾ ਹੁੰਦਾ ਮੇਰੀ ਗੱਲ ਸੁਣੋ ਜੀ ਅਗਲੇ ਮੈਚ ਆ ਰਹੇ ਨੇ ਤੁਸੀਂ ਐਵੇਂ ਦਿਲ ਨਾ ਛੱਡੋ ਅਸੀਂ ਅੱਛਾ ਪਰਫਾਰਮ ਕਰਾਂਗੇ ਨਹੀਂ ਨਹੀਂ ਛੱਡ ਦਿਓ ਸਾਡੇ ਕੋਲ ਤੇ ਹੀ ਹੋਣਾ ਸਾਡੇ ਕੋਲ ਕੱਖ ਨਹੀਂ ਜੇ ਐਵੇਂ ਸਾਡੇ ਹਾਜ਼ਰੇ ਤੇ ਡਰੇ ਹੋ ਹਾਂਜੀ ਤੁਸੀਂ ਦੱਸੋ ਚਟੇਲੀਆ ਵਾਰੀ ਮੈਨੂੰ ਕਿਹਾ ਨਾ ਕਿ ਯਾਰ ਉੱਠ ਕੇ ਆ ਬੋਲਿੰਗ ਕਰ ਜਾਂ ਹਾ ਕਰਨਾ ਆਪਣੀ ਮਰਜ਼ੀ ਨਾਲ ਕਰਨਾ ਜੋ ਵੀ ਕਰਨਾ ਵਾ ਆਪਣੇ ਮੁੰਡੇ ਆਪ ਤੁਸੀਂ ਪੂਰੇ ਕਰਨੇ ਅਸੀਂ ਬੋਲਰ ਆ ਸਾਨੂੰ ਦੋਵਾਂ ਪਾਸੇ ਬਿਸਤੀ ਹੁੰਦੀ ਹੈ ਜੇ ਬੈਟਿੰਗ ਨਾਲ ਸਹੀ ਹੋਵੇ ਤਾਂ ਬੋਲਿੰਗ ਨਾਲ ਸਹੀ ਹੋਵੇ ਤਾਂ ਇਹਨਾਂ ਨੇ ਇਕੱਲੀ ਬੈਟਿੰਗ ਕਰਨੀ ਤੇ ਫੀਲਡਿੰਗ ਕਿੰਨੇ ਕਰਨੀ ਇੱਕ ਜਵਾਬ ਇਹਨਾਂ ਨੇ ਦੇਣਾ ਅਸੀਂ ਦੋਵਾਂ ਪਾਸਿਓਂ ਨਾਲੇ ਦੇਖੋ ਜੀ ਮੈਂ ਹੈਗਾ ਸਵੇਰ ਦਾ ਬੋਲਰ ਮੈਂ ਕਿਹਾ ਸ਼ਾਮ ਵਾਲੇ ਮੈਚ ਮੈਂ ਖੇਡਣੇ ਹੁਣ ਸ਼ਾਮ ਤੋਂ ਤੁਸੀਂ ਸਵੇਰ ਦੇ ਬੋਲਰ ਹੋ ਹਾਂ ਨਿਆਰ ਬੋਲਰ ਹੈ ਚੱਲ ਨਹੀਂ ਚੱਲ ਇਹਨੂੰ ਨਰਾਤਾ ਹੋਣਾ ਨਾ ਹਾਂਜੀ ਮੇਰਾ ਵੀ ਭਾਂਡਾ ਮੁੱਕਿਆ ਸੀ ਉਸ ਵੇਲੇ ਤੋਂ ਬਸ ਥੋੜਾ ਰੋਲਾ ਬਣ ਗਿਆ ਤੁਸੀਂ ਕੋ ਨੀਰੋ ਬੈਂਡ ਲਵਾਓ ਉੱਥੋਂ ਬਾਹਰੋਂ ਕਿਤੇ ਮੰਗਾਓ ਨੀਰੋ ਨੀਰੋ ਕਿਆ ਤੇ ਹੈ ਇੱਕ ਮੈਚ ਦੇ ਉੱਪਰ ਚਾਰ ਨੀਰੋ ਬੈਂਡ ਲਵਾ ਕੇ ਵਜਾਇਆ ਕਰੋ ਤੇ ਐਸੀ ਕੋ ਗੱਲ ਨਹੀਂ ਅੰਪਾਇਰ ਦੀ ਸਾਈਡ ਹੀ ਭਰੀ ਸੀ ਸਾਰੀ ਖਾਂ ਖਾਂ ਕੇ ਚਾਚੀ ਨੂੰ ਮੌਕ ਦੋ ਪਹਿਨਾ ਸੀ ਮੈਚ ਤੋਂ ਇਲਾਵਾ ਨਾ ਦਿਹਾੜੀਆਂ ਲਾਇਆ ਕਰ ਬਕਾਰ ਯੂਨਸ ਕਿਥੋਂ ਆਏ ਮੁਹੰਮਦ ਆਸਫ ਕਿਥੋਂ ਲਿਆਵਾਂਗੇ ਅਸੀਂ ਇਹਨੂੰ ਮੈਂ ਕਹਿੰਦਾ ਹਾਰਸ ਨੂੰ ਅਸੀਂ ਉਹਨਾਂ ਨੂੰ ਲਿਆ ਨਹੀਂ ਸਕਦੇ ਅਸੀਂ ਫਾਲੋ ਤੇ ਕਰ ਸਕਦੇ ਹਾਂ ਉਹਨਾਂ ਨੂੰ ਦੇਖ ਤੇ ਸਕਦੇ ਆ ਨਾ ਕੋਈ ਮਾੜੀ ਮੋਟੀ ਕਾਪੀ ਤੇ ਕਰ ਸਕਦੇ ਉਹਨਾਂ ਨੂੰ ਭਾਜੀ ਬਕਾਰ ਯੂਨਸ ਸਾਹਿਬ ਕੀ ਜੰਮਦੇ ਹੀ ਬੋਲਿੰਗ ਕਰਨ ਲੱਗ ਪਏ ਸੀ ਅਸੀਂ ਵੀ ਆਸਤਾ ਆਸਤਾ ਬਣ ਜਾਵਾਂਗੇ ਬੱਚੇ ਕੱਲ ਦੇ ਅਫਰੀਦੀ ਨੇ ਕੱਲ ਦੇ ਸ਼ੁਏਬ ਅਖਤਰ ਉਹ ਯਾਰ ਉਹ ਇਦਾਂ ਹੁੰਦਾ ਵਾ ਵੀ ਦੋ ਤਿੰਨ ਬੋਲਰ ਅੱਛੇ ਪਹਿਲੇ ਹੈਗੇ ਨੇ ਉਹਨਾਂ ਦੇ ਨਾਲ ਇੱਕ ਨਵਾਂ ਆ ਗਿਆ ਫਿਰ ਉਹ ਹੋ ਗਿਆ ਹੁਣ ਤੇ ਪੂਰੀ ਖੇਪ ਹੀ ਚਲੀ ਗਈ ਹੈ ਅੱਛਾ ਅੱਛਿਆਂ ਨਾਲ ਤੇ ਹਰ ਕੋਈ ਖੇਡ ਲੈਂਦਾ ਮਾੜਿਆਂ ਨਾਲ ਖੇਡੋ ਫੇਰ ਹੀ ਉਹ ਵੀ ਦੱਸਣਾ ਜਿਹੜੀ ਮੇਰੀ ਬਾਲ ਤੋਂ ਉਹ ਸ਼ੁਭਮ ਗਿੱਲ ਜਿਹੜਾ ਐ ਹੋਇਆ ਸੀ ਉਹ ਦੱਸਿਓ ਐ ਹੋਇਆ ਨਹੀਂ ਉਹ ਤਰੀਫਾਂ ਵੀ ਕਰੋ ਨਾ ਜਿਹੜਾ ਬਾਲ ਚੰਗਾ ਡਿੱਗ ਗਿਆ ਉਹ ਐ ਜਿਹੜਾ ਹੋਇਆ 10 ਕਿ ਸਾਲ ਠਹਿਰ ਜੋ ਉਦੋਂ ਨੂੰ ਮੈਂ ਤੁਹਾਨੂੰ ਇਨਸ਼ਾਅੱਲਾ ਫੁੱਲ ਫਾਰਮ ਚ ਆ ਗਏ ਤੇ ਪੂਰੇ ਛੱਕੇ ਚੁੱਕੇ ਮਾਰ ਗਏ 10 ਸਾਲ ਹੁਣ ਸਬਰ ਕਰਨਾ ਪੈਣਾ ਜਾਨੀ ਸਾਹਿਬ ਬਜ਼ੁਰਗ ਕੱਢੋ ਟੀਮ ਚੋਂ ਵੀ ਪੁੱਠੇ ਜੌਗਰ ਪਾ ਕੇ ਆ ਕੇ ਬੈਟਿੰਗ ਸ਼ੁਰੂ ਕਰ ਦੇਣੀ ਪਤਾ ਹੀ ਨਹੀਂ ਕਿਤੇ ਜ਼ਿਆਦਾ ਭਾਜੀ ਨਾ ਉਹ ਸਾਡੇ ਮੁਤਾਬਕ ਦੇ ਗਰਾਊਂਡ ਸੀ ਨਾ ਸਾਡੇ ਮੁਤਾਬਕ ਦਾ ਕਰਾਊਡ ਸੀ ਨਾ ਸਾਨੂੰ ਸਹੂਲਤਾਂ ਮਿਲੀਆਂ ਹੁਣ ਦੇਖੋ ਠੰਡਾ ਪਾਣੀ ਵੀ ਠੰਡਾ ਪਾਣੀ ਆ ਰਿਹਾ ਹੋਟਲ 'ਚ ਗਰਮ ਪਾਣੀ ਹੈ ਨਹੀਂ ਮੁੰਡੇ ਨਹਾਤੇ ਬਗੈਰ ਜਾਂਦੇ ਇਦਾਂ ਪਰਫਾਰਮੈਂਸਾਂ ਹੁੰਦੀਆਂ ਤੁਸੀਂ ਆਪ ਦੱਸੋ ਸੈਡ ਬੰਦੇ ਹੋ ਤੁਸੀਂ ਸਰਕਾਰ ਇਹ ਦੱਸੋ ਕਿ ਐਰਕੀ ਕੀ ਮਸਲਾ ਬਣਿਆ ਕਿਉਂ 190 ਦੇ 50 ਓਵਰਾਂ 'ਚ ਪੂਰੀ ਟੀਮ ਆਊਟ ਅਗਲਿਆਂ ਨੇ
ਓਵਰਾਂ ਚ ਕੜਕਾ ਕੇ ਉਹ ਮਾਰਿਆ। ਮੈਂ ਹਾਰਿਸ ਨੂੰ ਕਿਹਾ ਸੀ ਇਹਨਾਂ ਨੇ ਐਰਕੀ ਗੇਂਦ ਹੀ ਨੀ ਮੈਨੂੰ ਸਹੀ ਦਿੱਤੀ, ਉਹਦੀ ਡੋਰੀ ਧਾਗਾ ਹਲਕਾ ਜਿਹਾ ਬਾਹਰ ਆਇਆ ਸੀ। ਹਾਂਜੀ ਗੇਂਦ ਉੱਠਦੀ ਨਹੀਂ ਸੀ, ਜਦੋਂ ਉੱਠਦੀ ਸੀ ਉਦੋਂ ਪੂਰੀ ਲੌਂਗ ਚੱਲ ਜਾਂਦੀ ਸੀ ਸ਼ਾਟ, ਛਿੱਕੇ ਮੈਨੂੰ ਉਹਦੀ ਵਜ੍ਹਾ ਤੋਂ ਪਏ। ਸਹੀ ਗੱਲ, ਕਿੰਨੀਆਂ ਮੈਂ ਵਿਕਟਾਂ ਲਈਆਂ, 17 ਕਿੰਨੀਆਂ, 2 ਪੀਪੇ ਡਾਏ ਮੈਂ। ਹਾਂ ਸਹੀ, ਪੀਪੇ ਕਿੱਥੇ, ਉਹ ਵਿਕਟਾਂ ਹੀ ਦੇ ਨਾਲੇ ਗੱਲ ਇਹ ਆ। ਅੱਛਾ ਗੇਂਦ ਧਾਗਾ ਬਾਹਰ ਸੀ। ਹਾਂਜੀ ਧਾਗਾ ਬਾਹਰ ਸੀ, ਨਹੀਂ ਤੇ ਇਹਨਾਂ ਨੂੰ ਪੁੱਛੋ ਮੇਰੇ ਰਿਕਾਰਡ ਪਿਛਲੇ ਕੋਈ ਵੀ ਉਹ ਭਾਈ ਕੋਈ ਮੇਰਾ ਮਾਰਾ ਹੈ ਨਾ ਕਿਹੜਾ ਉਹ ਕੀਤਾ ਜਿਹੜਾ ਇੰਜ ਕਰਨ ਦੇ ਮਸਲਾ ਬਣ ਗਿਆ ਹਾਰ ਗਏ। ਜਦੋਂ ਇੱਕ ਵੀਕ ਟੀਮ ਨਜ਼ਰ ਆ ਰਹੀ ਆ ਉਹ ਅਗਰ ਤੁਸੀਂ ਚੇਤੇ ਵੀ ਜਾਓ ਤਾਂ ਅੱਲਾ ਤਵੱਕਲ ਕੰਮ ਆ। ਸਮਝ ਨਹੀਂ ਆ ਰਹੀ ਗੱਲ ਦੀ, ਹਾਰਨ ਦੀ ਗੱਲ ਨੀ ਹੈਗੀ, ਹਾਰੋ ਜਮ ਜਮ ਹਾਰੋ ਠੀਕ ਆ, ਲੇਕਿਨ ਗੱਲ ਇਹ ਹੈ ਮਜਬੂਰੀਆਂ ਮੌਜਾਂ ਲੱਗੀਆਂ ਤੁਹਾਡੀਆਂ, ਜਿੱਥੇ ਤੁਸੀਂ ਜਾਂਦੇ ਹੋ ਪੈਰਾਂ ਥੱਲੇ ਤਲੀਆਂ ਲੋਕੀ ਰੱਖਦੇ ਨੇ, ਮੈਨੂੰ ਨਾ 25 ਓਵਰਾਂ ਤੋਂ ਬਾਅਦ ਪਤਾ ਲੱਗਾ ਵੀ ਸੀਰੀਅਸ ਆ। ਜੇ ਮੈਨੂੰ ਕਿਤੇ ਪਹਿਲੇ ਦੱਸ ਦਿੰਦੇ ਵੀ ਸੀਰੀਅਸ ਆ, ਮੈਚ ਓਕੇ ਆ, ਮੈਂ ਸਾਰੇ ਲੈ ਲੈਣੇ ਸੀਗੇ। ਹਾਂ ਸਹੀ ਗੱਲ। ਅੱਛਾ 25 ਓਵਰਾਂ ਤੂੰ ਕੀ ਸਮਝਦਾ ਰਿਹਾ? ਮੈਂ ਕਿਹਾ ਵੀ ਸ਼ੁਗਰ ਲੱਗੇ ਲਕੀਰਾਂ ਲਾ ਕੇ ਲੈਂਦਾ ਆ। ਭਾਜੀ ਤੁਸੀਂ ਕਹਿ ਰਹੇ ਹੋ ਨਾ ਕਿ ਲੜ ਕੇ ਹਾਰਦੇ, ਹਮਸਾਇਆਂ ਨਾਲ ਲੜਾਈਆਂ ਨਹੀਂ ਪਾਈਦੀਆਂ, ਅਸੀਂ ਅਮਨ ਬਹਾਲ ਕਰਨ ਲਈ ਮੈਚ ਆ ਰਹੇ ਹਾਂ, ਕੋਈ ਸਾਡੇ ਦਿਲ ਚ ਮਿਸ਼ਨ ਸੀ। ਲੜ ਕੇ ਅਸੀਂ ਇੱਕ ਹਾਰੇ ਨਾਲ ਲੜ ਕੇ, ਉਹ ਜਿਹੜਾ ਟੈਸਟ ਹਾਰੇ ਐਂਡ ਤੇ 4 ਸਕੋਰ ਚਾਹੀਦਾ। ਹਾਂ ਲਾਸਟ ਵਾਲੇ ਬਾਲ ਤੇ ਮੈਂ ਬਾਲ ਮਾਰਿਆ, ਛਿੱਕਾ ਵੱਜਿਆ, 4 ਨਹੀਂ ਮੈਂ ਖਾਦਾ, ਛਿੱਕਾ ਖਾਦਾ। ਉਹ 4 ਚਾਹੀਦਾ ਸੀ ਲੇਕਿਨ ਇਹਨੇ 4 ਨਹੀਂ ਖਾਦਾ, 4 ਨਹੀਂ ਹੋਣ ਦਿੱਤਾ। ਹਾਂ ਉਹ ਕਾਲਿੰਗਾ ਬਾਈ ਉਹ ਵੀ ਦੱਸੋ ਨਾ, ਜਿਹੜਾ ਉਹਨਾਂ ਦਾ ਮੁੰਡਾ ਉਹਨਾਂ ਦੀ ਵਾਰੀ ਰਸਾ ਪਰੇ ਕਰਨ ਲਈ ਸਾਡੀ ਬੈਟਿੰਗ ਵਾਰੀ, ਮੈਂ ਆਪ ਦੇਖਿਆ ਰਸਾ ਪਰੇ ਕਰਦੇ, ਅਸੀਂ ਕੁਛ ਨਹੀਂ ਕਿਹਾ ਸੀ ਕਿ ਚੱਲ ਕੋਈ ਨਹੀਂ ਬੱਚਾ ਹੈਗਾ ਲੱਗਾ ਰਵੇ। ਨਹੀਂ ਨਹੀਂ ਚਾਚਾ ਜੀ, ਤੁਸੀਂ ਕੰਮ ਤੁਹਾਡੇ ਤੋਂ ਖਰਾਬ ਕੀਤਾ, ਤੁਸੀਂ ਆਪਣਾ ਸਹੀ ਪਰਫਾਰਮੈਂਸ ਨਹੀਂ ਕੀਤਾ। ਕੀ ਕਰਦਾ ਮੈਂ ਹੁਣ? ਨਹੀਂ ਤੁਸੀਂ ਖੇਡੇ ਕਿਉਂ ਨਹੀਂ ਸਹੀ ਯਾਰ? ਖੇਡਦਾ ਮੈਂ ਉਹ ਜਿਹੜੀ ਸਾਹਮਣੇ ਕਾਲੀ ਤਖਤੀ ਜੀ ਲੱਗੀ ਹੁੰਦੀ ਵੱਡੀ ਸਾਰੀ ਸਕਰੀਨ ਲੱਗੀ ਹੁੰਦੀ ਜਿਹੜੀ ਧੁੱਪ ਰੋਕਣ ਲਈ। ਹਾਂਜੀ ਉਹ 2-3 ਸ਼ੋਖੇ ਜਿਹੇ ਕਰੈਕਟਰ ਉਹਨਾਂ ਨੇ ਪੜ ਕੇ ਕਦੀ ਐ ਨੂੰ ਕਰਦੇ ਕਦੀ ਐ ਨੂੰ ਕਰਦੇ, ਉਹ ਮੈਨੂੰ ਹੁਣ ਉਹ ਸ਼ੌਂਕ ਭਲੇਖਾ ਪਈ ਜਾਂਦਾ ਸੀ। ਹਾਂਜੀ ਤੇ ਉਹ ਮੇਰੀ ਯਾਰ ਨਜ਼ਰ ਦਾ ਮਸਲਾ ਪਾ, ਤੂੰ ਮੈਨੂੰ ਐਨਕ ਲਾਈ, ਐਨਕ ਵੀ ਨਹੀਂ ਸੀ ਉੱਤੋਂ ਲਾਈ? ਨਹੀਂ ਐਨਕ ਜਿਹੜੀ ਨਹੀਂ ਲੱਗੀ ਬਜ਼ੁਰਗ ਕੱਢ ਦਵਾਂ ਮੈਂ, ਤੇ ਯੂਥ ਚਾਹੁੰਦੇ ਅਸੀਂ ਅਗਲੇ ਸਾਲ ਕਰ ਦਵਾਂਗੇ ਅਗਲੇ ਵਰਲਡ ਕੱਪ ਚ, ਇੰਡੀਆ ਨੇ ਮੈਚ ਹੋਣ ਡਿਆ ਆਊਟ ਹੋ ਕੇ ਮੈਨੂੰ ਕਹਿਣਾ ਇੰਡੀਆ ਬਾਰੇ ਦੱਸੂਗਾ, ਉਹ ਤੁਸੀਂ ਉਹਨਾਂ ਨੇ ਆਊਟ ਹੋਏ। ਨਹੀਂ ਚਾਚਾ ਜੀ ਤੁਸੀਂ ਵੈਸੇ ਤੁਸੀਂ ਸਿਆਣੇ ਬਿਆਣੇ ਬੰਦੇ ਹੋ, ਤੁਸੀਂ ਆਪਣਾ ਪੂਰਾ ਕਰਦੇ ਨਾ ਟਾਸਕ, ਬਾਕੀਆਂ ਤੁਸੀਂ ਖੇਡਦੇ। ਵੇਖ ਇੱਕ ਬੰਦੇ ਤੇ ਪਾ ਦੇਣੀ, ਮੇਰਾ ਰੌਲੇ ਵੀ ਤੇ ਬਥੇਰੇ, ਮੈਂ ਤੇ ਉਹ ਜ਼ਫਰਵਾਲ ਤੋਂ ਦਵਾਈ ਮੰਗਾਉਣਾ ਆਪਣੇ ਪੋਤਰੇ ਕੋਲੋਂ, ਉਹ ਨਹੀਂ ਆਈ ਤੇ ਉਹਦੇ ਨਾਲ ਰੌਲਾ ਆਵੇ ਵੀ ਮੈਂ ਉਹ ਖਾਧੀ ਹੁੰਦੀ, ਤੇ ਮੈਂ ਤੈਨੂੰ ਪਤਾ ਨਹੀਂ ਹੈਗਾ ਜਿਹੜਾ ਮੈਂ ਆਸਟ੍ਰੇਲੀਆ ਦੇ ਇੰਗਲੈਂਡ ਦੇ ਖਿਲਾਫ ਖੇਡਿਆ, ਉਹ ਤੁਹਾਡੀ ਦਵਾ ਨਾਲ ਦਵਾਈ ਨਾਲ ਉਹ ਸਲਾਜੀ ਦਾ ਭੋਰਾ ਐਂ ਕਰਕੇ ਦੁੱਧ ਦੇ ਵਿੱਚ ਪਾ ਕੇ ਜਦੋਂ ਪੀ ਲੈਣਾ ਫੇਰ ਤੇ ਮੈਂ ਹਟਦਾ ਹੀ ਨਹੀਂ ਮਾਰਨਾ ਸ਼ੱਕੀ। ਹਾਂ ਤੇ ਇਸ ਵਾਰੀ ਸਿਰਫ ਉਹ ਦਵਾਈ ਦਾ ਰੌਲਾ ਬਣਿਆ, ਹੋਰ ਤੇ ਕੋਈ ਨਹੀਂ। ਸਾਡੀ ਉਹਨਾਂ ਨਾਲ ਦੌੜ ਲਵਾ ਕੇ ਦੇਖ ਲਿਓ, ਦੇਖਦੇ ਕੋਣ ਜਿੱਤਦਾ। ਮਤਲਬ ਜੇ ਤੁਸੀਂ ਨਹੀਂ ਜਿੱਤਦੇ ਫਿਰ ਸਲਾਜੀ ਜਿੱਤਦੀ ਆ। ਹਾਂਜੀ ਸਲਾਜੀ ਜੀਤ ਕੇ ਨਾਮ ਸਾਰਾ। ਹਾਂ ਨਾਲੇ ਕ੍ਰਿਕਟ ਖੇਲਣ ਜਾਂਦੇ ਹੋ, ਕ੍ਰਿਕਟ ਹੀ ਖੇਲਿਆ ਕਰੋ, ਸਿੰਗਲ ਲੈ ਕੇ ਪੈਰ ਖਵਾ ਕੇ ਉਹਨੂੰ ਕਹਿਣ ਡਏ ਆ ਮੁੰਡੇ ਦਾ ਕਿਤੇ ਕਰਨਾ, ਮੇਰੇ ਹੱਥ ਪਹਿਲਾਂ ਮਰਵਾ ਮੇਰਾ ਕਿਤੇ ਦੇਖ, ਏਦਾਂ ਦੇ ਮਸ਼ਵਰੇ ਨਹੀਂ ਕਰੀ ਜਾਂਦੇ ਉੱਥੇ। ਹਾਰਿਸ ਨੂੰ ਕਿਹਾ ਸੀ ਅਸੀਂ 35 ਚ 40 ਚ ਵੀ ਹਾਰਨਾ ਹੀ ਸੀ, ਮੈਂ ਇਹਨੂੰ ਕਿਹਾ ਇੰਡੀਆ ਆਪਣਾ ਭਰਾ ਵਾ, ਇਹਦੀ ਗੁੱਡੀ ਚੜਾ ਦੋ 30 ਚੀਜ਼ਾਂ।
ਪਰੌਠੇ ਵੀ ਅਹਿਮਦਾਬਾਦ ਦੇ ਉਹ ਤੇ ਬਹੁਤ ਖਤਰਨਾਕ ਭਾਜੀ ਤੁਸੀਂ ਜਿਹੜੀ ਕ੍ਰਿਕਟ ਵੇਖੀ ਨਾ ਉਦੋਂ ਕ੍ਰਿਕਟ ਸੀ ਉਹ ਚਾਰ ਚਾਰ ਦਿਨ ਪੰਜ ਪੰਜ ਦਿਨ ਕ੍ਰਿਕਟ ਹੁੰਦੀ ਨਹੀਂ ਭਾਜਨ 50 ਓਵਰਾਂ ਵਾਲੀ ਕ੍ਰਿਕਟ ਦੇਖੀ ਆ ਫਰੀਦੀ ਸਾਹਿਬ ਦਾ ਪਹਿਲਾ ਮੈਚ ਦੇਖੋ ਸੈਂਤੀਆਂ ਚ 100 ਪਹਿਲੇ ਮੈਚ ਸਰ ਤੁਸੀਂ ਫਰੀਦੀ ਸਾਹਿਬ ਨੂੰ ਕ੍ਰਿਕਟਰ ਕਹਿੰਦੇ ਹੋ ਲੋਕ ਕ੍ਰਿਕਟਰ ਨਹੀਂ ਮੰਨਦੇ ਉਹਨਾਂ ਨੂੰ ਉਹ ਕਹਿੰਦੇ ਸਿਰਫ ਉਹ ਦੜਾ ਮੜਾ ਸੀ ਉਹ ਦੜਾ ਮੜਾ ਹੀ ਦੜਾ ਮੜਾ ਨੇ ਕੈਸੇ ਦੜੇ ਮੜੇ ਕਰਕੇ ਤੇ ਉਹ ਪਤਾ ਜਦੋਂ ਟੈਸਟ ਮੈਚ 4 ਛਿੱਕੇ ਕੱਢ ਮਾਰੇ 4 ਬਾਲਾਂ ਦੇ ਹਰਭਜਨ ਸਿੰਘ ਨੂੰ 4 ਛਿੱਕੇ ਲਗਾਤਾਰ ਟੈਸਟ ਮੈਚ ਮਾਰਤੇ ਹਾਂਜੀ ਤੇ ਉਹਨਾਂ ਨੇ ਫਿਰ ਬਿਆਨ ਦਿੱਤਾ ਉਹਨੇ ਕਿਹਾ ਯਾਰ ਇਹਨੂੰ ਆਪਣੀ ਇੱਜ਼ਤ ਦਾ ਸਾਥ ਨਾ ਕਿਸੇ ਦੀ ਇੱਜ਼ਤ ਦਾ ਸਾਥ ਨਾਲੇ ਸਰ ਤੁਸੀਂ ਤੁਹਾਨੂੰ 191 ਸਕੋਰ ਜਿਹੜਾ ਦਿਖਾਇਆ ਗਿਆ ਨਾ ਤੁਹਾਡੇ ਕੋਲ ਮੈਚ ਐਡਿਟ ਹੋ ਕੇ ਆਇਆ ਵਾ ਅਸੀਂ ਕੀਤਾ 450 ਐਡੀਟਰ ਨੇ ਕੱਟਤੇ ਬਲਗਰ ਸਕੋਰ ਹੀ ਸਾਰਾ ਕੱਟਿਆ ਗਿਆ 4 ਬਲਗਰ ਕਰ ਜਾਂਦੇ ਉਹ ਫਿਰ ਕੱਢ ਤਾਂ ਫਿਰ ਲੋਕ ਨਾ ਕਿ ਪਤਾ ਕੀ ਨਾਲੇ ਗੱਲ ਇਹ ਹੈ ਕਿ ਕਿਸੇ ਬੈਟਿੰਗ ਸਹੀ ਕਰੋ ਨਾਲੇ ਇਹ ਇੰਜ ਕਰਕੇ ਬਾਲ ਘੁੰਮਾਉਂਦਾ ਵਾ ਤੇ ਬੱਚੇ ਵੀ ਵੇਖਣ ਦੇ ਹੁੰਦੇ ਵਾ ਤੂੰ ਐਡਾ ਬਾਲ ਘੁੰਮਾ ਦਿੰਦਾ ਪੜ ਕੇ ਭਾਈ ਕਿਸੇ ਟਾਈਮ ਮੈਂ ਡੈਡ ਮਾਰ ਕੇ ਮਿਊਟ ਵੀ ਕਰਦਾ ਹੀ ਸਹੀ ਗੱਲ ਠੀਕ ਹੈ ਜੀ ਹੁਣ ਮੈਚ ਚ ਸਾਡੇ ਕੋਲ ਸਕੋਰ ਥੋੜਾ ਆਇਆ ਤੇ ਅਗਲੀ ਸਾਡੀ ਸਟਰਗਲ ਸਟ੍ਰੈਟਜੀ ਚੈੱਕ ਕਰੋ ਦਵਾ ਕੀਤੀ ਕਿ ਨਹੀਂ ਬਾਰਿਸ਼ ਦੀ ਅਸੀਂ ਹਾਂ ਨਹੀਂ ਹੋਈ ਹੁਣ ਇੱਕ ਇੱਕ ਸਾਡਾ ਕੀ ਕਸੂਰ ਅਸੀਂ ਉਹ ਗਾਣਾ ਵੀ ਗਿਆ ਜਿਹੜਾ ਲਗਾਲ ਫਿਲਮ ਚ ਆਮਰ ਖਾਨ ਸਾਹਿਬ ਹੀ ਗਾਉਂਦੇ ਜੋ ਬਾਰਿਸ਼ ਹੋ ਗਈ ਨਹੀਂ ਹੋਈ ਹੁਣ ਅਸੀਂ ਕਰੀਏ ਬਾਰਿਸ਼ ਕਾ ਤੋਂ ਕਰਾਉਣੀ ਸੀ ਡਰਾ ਹੋ ਜਾਂਦਾ ਇੱਕ ਇੱਕ ਪੁਆਇੰਟ ਮਿਲ ਜਾਣਾ ਸੀ ਮੇਰੇ ਤੋਂ ਤੁਸੀਂ ਮਾੜੀ ਉਮੀਦ ਨੀ ਕਪਤਾਨ ਨੂੰ ਕਹਿੰਦਾ ਆ 2-3 ਪਲੇਅਰ ਭਰਤੀ ਕਰਦੇ ਹੱਟਦਾ ਹੀ ਨੀ ਯਾਰ ਤੇ ਤੁਸੀਂ ਇਹਦੇ ਨਾਲ ਜਿਹੜੇ ਮਾਠੇ ਵੈਸੇ ਕੱਢਦੇ ਇੱਕ ਸਾਈਡ ਤੇ 11 ਇੱਕ ਸਾਈਡ ਤੇ 9 ਜੋ ਉਹ ਸਹੀ ਆ ਲੋ ਮਾਠੇ ਕੱਢਦੇ ਤੇ ਇੱਕ ਅੱਧਾ ਰਹਿ ਜਾਣਾ ਖਿਡਾਰੀ ਹਾਂਜੀ ਦੱਸੋ ਮੈਂ ਤੇ ਕਿਹਾ ਕਪਤਾਨ ਨੂੰ ਉਹ 11ਵਾਂ ਪਲੇਅਰ ਜਿਹੜਾ ਰੱਖਿਆ ਉਹ ਬਾਬਾ ਰੱਖਿਆ ਆ ਉਹਦੇ ਕੋਲ ਉੱਠ ਵੀ ਨਹੀਂ ਹੁੰਦਾ ਹਾਂ ਯਾਰ ਦੱਸੋ ਇਹ ਬਣਿਆ ਮਨ ਭਾਜੀ ਯਾਰ ਨਾਦਰੇ ਕੀ ਕਰਨਾ ਯਾਰ ਮੇਰੀ ਸੁਣ ਗੱਲ ਆਹੀ ਇੰਡੀਆ ਆਹੀ ਆਸਟ੍ਰੇਲੀਆ ਤੁਸੀਂ ਆ ਚੀਮੇ ਵਾਲੀ ਗਰਾਊਂਡ ਬੁਲਾ ਲਓਗੇ ਸਾਡੇ ਕੋਲ ਜਿੱਤ ਜਾਣ ਸਾਨੂੰ ਫੜ ਲਿਓ ਹਾਂ ਸਹੀ ਕਿ ਬੋੜਾਂ ਵਾਲੀ ਗਰਾਊਂਡ ਆ ਜਾਣ ਆਇਓ ਉਹ ਆਓ ਦਰਾ ਉੱਥੇ ਆ ਸ਼ੋ ਕਰਦੇ ਹੋ ਤੇ ਬਾਹਰੋਂ ਕੋਈ ਰੌਲਾ ਪਾਵੇ ਤੁਸੀਂ ਚੁੱਪ ਨੀ ਕਰਾਉਂਦੇ ਗੱਲ ਨੀ ਹੈਗੀ ਗਰਾਊਂਡ ਦੇ ਵਿੱਚ ਜਿਹੜੇ ਬੰਦੇ ਬੈਠੇ ਹੁੰਦੇ ਨੇ ਉਹਦੇ ਨਾਲ ਬੂਸਟ ਅਪ ਵੀ ਕਰਦੇ ਨੇ ਉਹ ਸੱਤੇ ਸਾਨੂੰ ਬੂਸਟ ਅਪ ਕਰਨ ਵਾਲਾ ਕੋਈ ਨੀ ਸੀ ਉਹਨਾਂ ਦੇ 99% ਉਹਨਾਂ ਦੀ ਬਾਦੀ ਨਹੀਂ ਨਹੀਂ ਇੱਥੋਂ ਬੜੇ ਬੰਦੇ ਕਹਿੰਦੇ ਤੁਸੀਂ ਤੁਸੀਂ ਜਾਂਦੇ ਨਾ ਤੁਸੀਂ ਕੁਛ ਕਰਦੇ ਤੇ ਤੁਹਾਨੂੰ ਬੂਸਟ ਅਪ ਕਰਦੇ ਹੋਮ ਗਰਾਊਂਡ ਦਾ ਭਾਜੀ ਉੱਥੇ ਮੈਨੂੰ ਗੁੱਸਾ ਤੇ ਉਦੋਂ ਚੜਿਆ ਜਦੋਂ ਸਾਹਮਣੇ ਮੇਰੇ ਮੂਲੀ ਵਾਲਾ ਇੱਕ ਬੰਦਾ ਪਰਾਤ ਲੈ ਕੇ ਨਾ ਗਿਆ ਮੈਂ ਕਿਹਾ ਪੂਰਾ ਮੂਲੀ ਦੇ ਦੇ
ਉਹਨੇ ਮੂਲ ਹੀ ਨਹੀਂ ਦਿੱਤੀ ਏਡਾ ਯਾਰ ਉਹ ਬੰਦਾ ਏਡੇ ਸਖ਼ਤ ਦਿਲ ਇੰਡੀਅਨ ਮੈਂ ਉਸ ਤੋਂ ਬਾਅਦ ਹਿਸਾਬ ਲਾ ਮੈਂ ਕਿਹਾ ਜਾਓ ਮੈਂ ਵੀ ਤੁਹਾਡੇ ਗਰਾਊਂਡ ਦੇ ਵਿੱਚ ਛੱਕਾ ਹੀ ਨਹੀਂ ਮਾਰਨ ਜਾਓ ਤਰਸੋਗੇ ਮੈਂ ਕਿਹਾ ਛੱਕੇ ਨੂੰ ਤੇ ਸਾਡੀ ਪੂਰੀ ਟੀਮ ਨੇ ਫਿਰ ਰਿਕਾਰਡ ਲਾਇਆ ਸੀ ਅੱਲਾ ਦੀ ਰਹਿਮਤ ਨਾਲ ਕਿਸੇ ਨੂੰ ਸਿਰ ਨਹੀਂ ਅਸੀਂ ਆਪਣਾ ਉੱਚਾ ਹੋਣ ਦਿੱਤਾ ਤੁਸੀਂ ਸਿਰਫ 5 ਸਾਲ ਦੇਣੇ ਅਗਲੇ ਵਰਲਡ ਕੱਪ ਦੇ ਵਿੱਚ ਆਹੀ ਇੰਡੀਆ ਹੋਏਗੀ ਹਾਂਜੀ 5 ਥੋੜੇ ਹੀ ਉਹ ਜ਼ਿਆਦਾ ਮੰਗਦਾ ਉਹ ਠਹਿਰ ਜਾ ਨਾ ਠਹਿਰ ਨਾ ਚ ਕਿੱਥੇ ਕਬਰ ਚ ਖੇਡਣਾ ਹੀ ਮੁਹੰਮਦ ਆਸਫ ਟੈਪ ਜ਼ਰਾ ਬਾਲ ਘਮਾਉਣਾ ਸਿੱਖੋ ਹਾਰਿਸ ਨੂੰ ਵੀ ਮੈਂ ਕਹਿੰਦਾ ਇਹਨੂੰ ਮੈਂ ਕਹਿੰਦਾ ਉਹਨਾਂ ਨੂੰ ਫਾਲੋ ਕਰੋ ਵਸੀਮ ਅਕਰਮ ਸਾਹਿਬ ਨੂੰ ਮੈਨੂੰ ਲੱਗਦਾ ਉਹਨਾਂ ਨੂੰ ਫਾਲੋ ਕਰਨ ਤੋਂ ਪਹਿਲੇ ਤੁਹਾਨੂੰ ਫਾਲੋ ਜੋ ਨਹੀਂ ਉਹਨਾਂ ਨੂੰ ਦੇਖੀ ਉਹਨਾਂ ਕੋਲ ਸਾਨੂੰ ਕੋਈ ਸਿੱਖਣ ਨੂੰ ਉਹ ਹਲੇ ਦੇਖਿਆ ਨਹੀਂ ਉਹਨਾਂ ਨੂੰ ਉਹ ਸ਼ਾਰ ਜ਼ਾਰਕਲ ਜਿਹੜੀ ਮਾਰਦੇ ਸੀ ਯਾਰ ਉਹਨਾਂ ਨੂੰ ਹਲੇ ਵੇਖਿਆ ਨਹੀਂ ਤੁਸੀਂ ਮੈਂ ਇਹਨੂੰ ਕਹਿੰਦਾ ਹੁਣ ਦੇਖ ਰਹੇ ਹਾਂ ਅੱਗੇ ਤੋਂ ਅੱਗੇ ਇਨਸ਼ਾਅੱਲਾ ਅਸੀਂ ਬੈਸਟ ਜਾਵਾਂਗੇ ਹੁਣ ਤੇ ਤੁਸੀਂ ਵਸੀਮ ਅਕਰਮ ਸਾਹਿਬ ਦੇ ਘਰ ਚਲੇ ਜਾਓ ਉਹਨਾਂ ਨੂੰ ਕਿ ਮੈਨੂੰ ਸਿਖਾਓ ਗੇਂਦ ਕਰਨੀ ਕਿੱਥੇ ਰਹਿੰਦੇ ਹੋ ਚਲ ਜਾਂਦੇ ਸ਼ਰਮ ਕਰੋ ਕੁਛ ਯਾਰ ਬੋਲਿੰਗ ਚ ਪਹਿਲੇ ਵਕਾਰ ਯੂਨਸ ਸਾਹਿਬ ਵਸੀਮ ਅਕਰਮ ਸਾਹਿਬ ਫਿਰ ਉਸ ਤੋਂ ਬਾਅਦ ਅਫਰੀਦੀ ਸਾਹਿਬ ਬੈਸਟਮੈਨ ਸੀ ਬੇਸਿਕਲੀ ਲੇਕਿਨ ਬੋਲਿੰਗ ਕੈਸੀ ਕਰਦੇ ਸੀ ਸਟੀਰਾਇਡ ਤੁਸੀਂ ਸਟੀਰਾਇਡ ਵੀ ਤੇ ਲੈਂਦੇ ਸੀ ਬਈ ਦਾਲ ਨੇਰੀ ਦਾਲ ਉਹ ਖਿਲਾੜੀ ਉਹ ਸੀ ਜਿਹੜੇ ਕੰਮ ਤੋਂ ਸਿੱਧੇ ਘਰ ਘਰ ਤੋਂ ਸਿੱਧੇ ਸਟੇਡੀਅਮ ਇੱਧਰ ਉੱਧਰ ਨਹੀਂ ਹੁੰਦੇ ਤੁਸੀਂ ਸਾਡੀ ਜ਼ਿੰਦਗੀ ਚ ਹੁਣ ਬੜੇ ਸਿਲਸਿਲੇ ਆ ਠਾ ਬਲੀਏ ਸ਼ੁਕਰੀਆ ਨਾਲੇ ਉਹ ਸਟੀਰਾਇਡ ਖਾਂਦੇ ਤੁਹਾਨੂੰ ਪਤਾ ਉਹ ਛਾ ਅੱਛਾ ਕੰਮ ਗਿਆ ਇਹ ਬੜੀ ਬਿਮਾਰੀ ਹੁੰਦੀ ਹੈ ਇਹ ਜੀ ਲਾਰੇ ਦੇ ਬੱਲੇ ਚ ਪਲੇਟਾਂ ਨੇ ਨਹੀਂ ਜੇ ਸੂਰੀਆ ਦੇ ਨਹੀਂ ਸੀ ਜੇ ਸੂਰੀਆ ਦੇ ਬੱਲੇ ਚ ਜੀ ਪਲੇਟਾਂ ਨੇ ਲਓ ਉਹ ਵੀ ਲੋਹੇ ਦੀਆਂ ਪਲੇਟਾਂ ਬਿ ਲੋਹੇ ਦੀਆਂ ਪਲੇਟਾਂ ਆਪਾਂ ਹੀ ਉਦੋਂ ਇੰਜ ਕਰ ਦਿੰਦੀਆਂ ਸੀ ਵਿਕਟ ਵੀ ਐਸ ਐਡ ਕੀ 42 ਕਦਮਾਂ ਤੇ ਸੀ ਇਹ 36 ਤੇ ਹੁੰਦੀ ਹੈ ਆਪ ਦੋ ਤਿੰਨ ਬੰਦੇ ਬਰਗਰ ਮੇਰੇ ਸਾਹਮਣੇ ਲੈ ਦੇਣਗੇ ਦੱਸ ਉੱਥੇ ਫੀਲਡਿੰਗ ਹੁੰਦੀ ਸਾਰਾ ਧਿਆਨ ਉਧਰ ਚੱਲ ਜਾਂਦਾ ਹਾਂਜੀ ਹਾਂਜੀ ਜਦੋਂ ਬਾਹਰ ਬਿਲਕੁਲ ਸਹੀ ਕਹਿੰਦੇ ਨਾਲੇ ਚਾਚਾ ਜੀ ਮੇਰੀ ਸੁਣੋ ਗੱਲ ਉਹ ਚਾਚਾ ਜੀ ਕਾਹਦੇ ਤੋਂ ਮੈਂ ਪਲੇਅਰ ਹੈਗਾ ਮੈਂ ਮੈਨੂੰ ਯਾਰ ਪਲੇਅਰ ਆ ਯਾਰ ਚਾਚਾ ਜੀ ਕਾਹ ਤੋਂ ਨਹੀਂ ਸਾਡੇ ਲਈ ਚਾਚਾ ਜੀ ਉਹ ਨਹੀਂ ਯਾਰ ਤੇ ਵੀਰ ਰਹਿ ਗਿਆ ਤੁਹਾਡੇ ਨਾਲੋਂ ਤਾਂ ਓਏ ਭਾਜੀ ਤੁਸੀਂ ਨਾ ਵਧਾਓ ਨਾ ਬਸ ਠੀਕ ਹੈ ਦੇਖੋ ਜੀ ਸਾਡੀ ਟੀਮ ਦੀ ਹਰ ਕੰਟਰੀ ਤਾਰੀਫ ਕਰਦੀ ਇੱਕ ਪਾਕਿਸਤਾਨੀ ਟੀਮ ਦੇ ਵਿੱਚ ਹਰ ਪਲੇਅਰ ਨੂੰ ਬੈਟਿੰਗ ਮਿਲਦੀ ਹੈ ਤੇ ਹਰ ਬੋਲਰ ਨੂੰ ਬੋਲਿੰਗ ਮਿਲਦੀ ਹੈ ਇੱਥੇ ਕੋਈ ਗੱਲ ਨਹੀਂ ਹੈ ਬੜੀ ਟੈਕਨੀਕਲ ਗੱਲ ਆ ਵੈਸੇ ਹੋਰ ਪਲੇਅਰ ਵੀ ਸਾਡੀ ਟੀਮ ਚ ਆਉਣ ਨੂੰ ਤਰਸਣ ਦੇ ਯਾਰ ਉਹ ਤਾਂ ਨਹੀਂ ਹੈ ਵੀ ਦੋ ਉਹ ਕੀ ਟੀਮ ਹੋਈ ਹੋਵੇ ਤਿੰਨਾਂ ਜਣੇ ਫੜ ਕੇ ਸਕੋਰ ਪੂਰਾ ਕਰਦਾ ਕਿੰਨੀ ਯਾਰ ਬਾਕੀ ਕਿੱਧਰ ਆਏ ਕਿ ਹਾਂਜੀ ਬਾਕੀ ਜਾ ਰਿਹਾ ਹਾਂ ਹਾਂਜੀ ਉਹ ਸਾਰਿਆਂ ਨੂੰ ਵਾਰੀ ਮਿਲਣੀ ਚਾਹੀਦੀ ਆ ਇਦਾਂ ਮਤਲਬ ਪਿਛਲੇ ਮੈਚ ਦੇ ਵਿੱਚ ਅਸੀਂ ਸਾਰਿਆਂ ਨੇ ਪਿਛਲੇ ਦੀ ਬੜੀ ਮੁਸ਼ਕਲ ਜਿੱਤੀ ਦਾ ਸ਼ੁਕਰ ਅੱਲਾ ਪਾਕ ਦਾ ਸਾਰੇ ਵਾਰੀ ਲੈ ਲੈਂਦੇ ਤੂੰ ਆਪ ਦਾ ਸਲਾਬੇ ਪੈਡਾਂ ਨਾਲ ਬੈਟਿੰਗ ਹੁੰਦੀ ਹੈ ਹਾਂਜੀ ਸਲਾਬੇ ਹੁਣ ਪੈਡ ਬੈਟਿੰਗ ਹੁੰਦੀ ਸਾਡੇ ਮੂੰਹ ਨਾਲ ਤੇ ਹੋ ਜਾਂਦੀ ਨਾ ਚਾਚਾ ਵੇਖਦਾ ਯਾਰ ਤੁਸੀਂ ਸਾਰੇ ਹੀ ਫਾਰਗ ਹੋ ਵੈਸੇ ਅੱਛਾ ਕੌਮ ਬਾਰਾ ਤੁਸੀਂ ਨਿਰਾਸ਼ ਕੀਤੀ ਆ ਨਹੀਂ ਉੱਥੇ ਮੈਨੂੰ ਲੱਗਦਾ ਤੁਸੀਂ ਨਾ ਕਿਤੇ ਮੈਨੂੰ ਸ਼ੱਕ ਪੈ ਰਿਹਾ ਤੁਸੀਂ ਉੱਥੇ ਆਪਣੀਆਂ ਮਸਤੀਆਂ ਰਾਤ ਨੂੰ ਕਰਦੇ ਲੇਟ ਨਾਈਟ ਕਿਤੇ ਕਲੱਬਾਂ ਕਲੂਬਾਂ 'ਚ ਤਾਂ ਨਹੀਂ ਜਾਂਦੇ ਇੰਨਾ ਕੁ ਤਾਂ ਚੱਲਦਾ ਫਿਰ ਹਲਕੀ ਫੁਲਕੀ ਇੰਜੋਏ ਆ ਸਵੇਰ 4 ਵਜੇ ਤੋਂ ਪਹਿਲੇ ਪਹਿਲੇ ਅਸੀਂ ਆ ਜਾਂਦੇ ਸੀ ਹੋਟਲ 'ਚ ਠੀਕ ਹੈ ਬੈਲੈਂਸ ਪੱਟਾਂ ਲਾ ਕੇ ਬੈਠਾ ਕਿੰਨੀ ਦੇਰ ਵੀ ਇੱਥੇ ਸ਼ਾਇਦ ਲੋਡ ਲੂਣਾ ਤੂੰ ਹੀ ਕੁਛ ਕਰਨਾ ਹੀ ਹੁਣ ਮੈਂ ਤਾਂ ਦੱਸਦਾ ਜੀ ਮੈਂ ਛਿੱਕੇ ਬੜੇ ਮਾਰਨੇ ਸੀ ਉਹਨਾਂ ਨੇ ਮੈਨੂੰ ਸ਼ੁਰੂ 'ਚ ਹੀ ਕਹਿਤਾ ਕਿ ਗੇਂਦ ਗਵਾਚੀ ਭਰਨਾ ਮੈਂ ਫਿਰ ਰਿਸਕ ਹੀ ਨਹੀਂ ਲਿਆ ਕੀ ਕਹਿਤਾ ਉਹਨੇ ਗੇਂਦ ਗਵਾਚੀ ਭਰਨਾ ਇਹ ਕੀ ਹੁੰਦੀ ਹੈ ਤੇ ਤੁਸੀਂ ਦੇਣੇ ਪੈਸੇ 'ਚ ਗੇਂਦ ਗਵਾਈ ਤੇ ਇਸ ਤੋਂ ਤੁਸੀਂ ਨਹੀਂ ਫਿਰ ਜ਼ੋਰ ਦੀ ਸ਼ਾਟ ਮਾਰੀ ਹਾਂਜੀ ਹਾਂਜੀ ਤੁਸੀਂ ਮਤਲਬ 1980 81 ਦੇ ਵਿੱਚ ਤੁਸੀਂ ਗਰਾਊਂਡਾਂ 'ਚ ਵੀ ਖੇਡਦੇ ਰਹੇ ਹੋ
ਅਸੀਂ ਸਰ ਡੋਮੈਸਟਿਕ ਖੇਡ ਰਹੇ ਹਾਂ। ਇੱਕ ਮਿੰਟ ਯਾਰ ਤੂੰ ਸੁਣ ਤੇ ਲੈ ਕੀ ਕਹਿਣ ਦੇ। ਚਾਚੇ ਨੂੰ ਤੇ ਕਾਢੀ ਦੇਣ ਇਹਨੂੰ ਨਾ ਸਵਾਰ ਨਹੀਂ ਖਤਮ ਕਰਤਾ ਹੈ। ਚਾਚੇ ਨੇ ਉਹ ਮੇਰੀ ਗੱਲ ਸੁਣ, ਚਾਚੇ ਨੇ ਤੁਹਾਨੂੰ ਮੈਚ ਕਿੰਨੇ ਜਿਤਾਏ ਪਤਾ? ਨਾਲੇ ਚਾਚਾ ਨਾ ਕਹਿ ਮੈਂ ਤੈਨੂੰ ਦੱਸ ਦਿੱਤਾ। ਉਹ ਚਾਚਾ ਫੀਸ ਤੇਰੀ ਲੈਦਾ ਬਾ, ਦਵਾਈਆਂ ਦਾ ਤੇਰਾ ਖਰਚਾ ਲੈਦਾ ਬਾ, ਟੈਸਟਾਂ ਦਾ ਤੇਰਾ ਲੈਦਾ ਬਾ, ਤੈਨੂੰ ਦੋ ਜਣੇ ਫੜ ਕੇ ਲਿਆਉਂਦੇ ਵਿਕਟ ਤੇ, ਬਹੁਤ ਤੇਰੀ ਲੈਦਾ ਬਾ, ਗੰਦ ਤੇਰੇ ਕੋਲ ਲੈਦਾ ਬਾ, ਕੂੜਾ ਤੇਰਾ ਇੰਨਾ ਲੈਦਾ। ਇਹ ਤੁਹਾਡਾ ਆਪਸ ਚ ਇਤਫਾਕ ਨਹੀਂਗਾ, ਤੁਸੀਂ ਕਿਹਦੇ ਸਵਾਹ ਜਿਤਨਾ ਭਾਜੀ, ਤੁਸੀਂ ਕੁਝ ਕਰਨਾ ਜੀ। ਇੱਥੋਂ ਸਾਡੀ ਨੀਅਤ ਸੀ ਕਿ ਅਸੀਂ ਜਾ ਕੇ ਇੰਡੀਆ ਵਿਜ਼ਿਟ ਕਰਨਾ, ਅਸੀਂ ਕੋਈ ਖੇਡਣ ਨਹੀਂ ਗਏ ਭਾਜੀ, ਅਸੀਂ ਤੇ ਤਾਜ ਮਹਿਲ ਵੇਖਣ ਗਏ ਮੁਮਤਾਜ਼ ਦਾ, ਨੂਰ ਜਹਾਂ ਦਾ, ਅਸੀਂ ਅੱਲਾ ਦੀ ਖੈਰ ਉੱਥੇ ਜਾ ਕੇ ਧਰਮਿੰਦਰ ਸਾਹਿਬ ਨੂੰ ਮਿਲੇ, ਜਾ ਕੇ ਬੜੇ ਬੜੇ ਮੀਠਾ ਸਾਹਿਬ, ਉਹ ਬਾਬਾ ਸ਼ੁਕਰ ਮਿਲਾ ਸਾਨੂੰ ਭਾਈ। ਜਿਹੜੀ ਆ ਕੌਮ ਪੂਰੀ ਤੁਹਾਡੇ ਬੈਠੀ ਆ ਤੁਹਾਡੇ ਆਸਰੇ ਤੇ, ਤੇ ਉਹ ਹਾਕੀ ਵਾਲੇ ਲੈ ਆਉਣ ਮੁੰਡੇ, ਹਾਕੀ ਵਾਲੇ ਕੀ ਕਰ ਲਿਆ, ਹਾਕੀ ਹਾਂਜੀ ਸਨੋਕਰ ਵਾਲੇ ਲੈ ਆਉਣ। ਉਹ ਕ੍ਰਿਕਟ ਇੱਕ ਫੇਮਸ ਕ੍ਰਿਕਟ ਦਿਨ ਕ੍ਰਿਕਟ ਲੋਕਾਂ ਨੇ ਪਰਸਨਲ ਜ਼ਾਤੀ ਤੌਰ ਤੇ ਕ੍ਰਿਕਟ ਨੂੰ ਲੈ ਲੈਂਦੇ ਆਪਣੇ ਉੱਤੇ ਕਿ ਵੀ ਕ੍ਰਿਕਟ ਜਿੱਤਣਾ ਜਾਂ ਹਾਰਨਾ। ਇੱਕ ਸਵਾਲ ਦਾ ਜਵਾਬ ਦਿਓ, ਦੁਨੀਆ ਦੀ ਸਭ ਤੋਂ ਮਸ਼ਹੂਰ ਗੇਮ ਕਿਹੜੀ? ਫੁੱਟਬਾਲ। ਤੇ ਫੁੱਟਬਾਲ ਦੀ ਟੀਮ ਕਿਉਂ ਨਹੀਂ ਬਣਾਉਂਦੇ? ਲਓ ਝੂਠੇ ਪੈ ਗਏ ਨਾ ਤੁਸੀਂ, ਹੱਥ ਉੱਠ, ਸਾਡਾ ਰਿਜ਼ਕ ਬੰਦ ਕਰਾਇਆ। ਤੁਸੀਂ ਫੁੱਟਬਾਲ ਦੀ ਟੀਮ ਬਣਾਓ, ਕ੍ਰਿਕਟ ਦੇ ਮਗਰ ਸਾਰੀ ਦੁਨੀਆ ਪਾ ਦਿੱਤੀ ਤੁਸੀਂ, ਏਸ਼ੀਆ ਸਾਰਾ ਕ੍ਰਿਕਟ ਦੇ ਮਗਰ, ਫੁੱਟਬਾਲ ਦੁਨੀਆ ਦੀ। ਤੂੰ ਖੇਡ ਸਕਦਾ ਫੁੱਟਬਾਲ? ਕ੍ਰਿਕਟ ਤੇ ਇੱਕ ਜਗ੍ਹਾ ਖਲੋ ਕੇ ਬੈਟਿੰਗ ਕਰਨੀ ਜਾਂ ਓਵਰ ਕਰਨੀ ਤੇ 6 ਬਾਲਾਂ ਕਰਕੇ ਜਾ ਕੇ ਫੀਲਡਿੰਗ ਤੇ ਖਲੋਣਾ, ਫੀਲਡਿੰਗ ਖਲੋਦੇ। ਫੁੱਟਬਾਲ 'ਚ ਤੇ ਇੱਕ ਮਾਈਕਰੋ ਸੈਕਿੰਡ ਦਾ ਵੀ ਵੇਟ ਨਹੀਂ ਹੁੰਦਾ, ਦੌੜਨਾ ਹੀ ਆ। ਉੱਥੇ ਤੂੰ ਕਿੱਥੇ ਦੌੜਨਾ, ਤੂੰ ਤਾਂ ਬੈਠਾ ਹੋਏਗਾ ਕਿਤੇ ਸਾਈਡ ਤੇ ਕਿਤੇ ਇੱਧਰ, ਤੇਰੇ ਕੋਲ ਆਪੇ ਹੀ ਫੁੱਟਬਾਲ ਆ ਜਾਏ ਕਿਤੇ। ਪੋਤਰਾ ਮੇਰਾ ਜਿਹੜਾ ਬਾਂਦਰ ਕਿੱਲੇ ਦਾ ਪਲੇਅਰ ਹੋ ਗਿਆ ਪੂਰਾ, ਘੋੜਿਆਂ ਵਾਲੇ ਉਹ ਫੁੱਟਬਾਲ ਤੇ ਹਾਕੀ ਵਾਲਿਆਂ ਦੇ ਘੋੜਿਆਂ ਦੇ ਅੰਦਰ ਜਿਹੜੇ ਹੁੰਦੇ ਨਾ ਜਿਗਰੇ, ਉਹ ਜਿਹੜੇ ਪਿੱਤੇ ਜਿਹੜੇ ਥੱਕਦੇ ਨਹੀਂ ਉਹ ਹੁੰਦੇ ਆ। ਭਾਜੀ ਅਸੀਂ ਕ੍ਰਿਕਟਰ ਹੀ ਰਹਾਂਗੇ, ਫੁੱਟਬਾਲ ਦੀ ਟੀਮ ਤੋਂ ਇੰਨੀਆਂ ਉਮੀਦਾਂ ਲਾਓ, ਅਸੀਂ ਜ਼ਰਾ ਸਕੂਨ ਮਾਹੌਲ ਨਾਲ ਹੀ ਖੇਡਾਂਗੇ। ਯਾਰ ਵਰਲਡ ਕੱਪ ਹਾਰੀਏ ਜਾਂ ਜਿੱਤੀਏ, ਤੁਸੀਂ ਸਾਡੇ ਬੋਰਡ ਨੂੰ ਕਹਿ ਦੇਣਾ ਭਾਈ ਮੈਨੂੰ ਇਸ ਵਾਰੀ ਤਨਖਾਹ ਵੀ 10 ਦਿਨ ਪਹਿਲੇ ਦੇਣੀ ਆ, ਘਰ ਫੰਕਸ਼ਨ ਆਉਂਦਾ ਸੀ ਉਹ ਕਰਨਾ। ਯਾਰ ਕਿੱਥੇ ਗਏ, ਜਾਂ ਸ਼ੇਰ ਖਾਨ ਜਾਂ ਗੀਰ ਖਾਨ, ਉਧਰੋਂ ਫੁੱਟਬਾਲ ਦੇ ਖਿਡਾਰੀ ਸਾਡੇ ਪਾਕਿਸਤਾਨ ਦੇ, ਸ਼ਬਾਜ਼ ਸੀਨੀਅਰ, ਸ਼ਬਾਜ਼ ਜੂਨੀਅਰ, ਯਾਰ ਉਹ ਲੋਕ ਕਿੱਥੇ ਗਏ ਯਾਰ? ਫਿਰ ਸਾਡਾ ਜਿਹੜਾ ਆਪਣਾ ਜਿਹੜਾ ਜਨਾਬ ਸਾਡੇ ਕਿੱਥੋਂ ਗੇਮ, ਇਮਰਾਨ ਖਾਨ ਸਾਹਿਬ ਤੋਂ ਸ਼ੁਰੂ ਕਰੋ, ਜਵੇਦ ਮੀਆਂ ਦਾ, ਇਮਰਾਨ ਖਾਨ, ਆਕਬ ਜਵੇਦ, ਨਸਰੁੱਲਾ ਸਾਹਿਬ। ਇੱਕ ਗੱਲ ਮੈਂ ਤੁਹਾਨੂੰ ਸਹੀ ਦੱਸਾਂ, ਅਸੀਂ ਸਾਰੀ ਕੌਮ ਕ੍ਰਿਕਟ ਦੇ ਮਗਰ ਪਏ ਆ, ਜਿਹੜੇ ਲੋਕ ਬਾਡੀ ਬਿਲਡਿੰਗ 'ਚ ਮਿਹਨਤਾਂ ਕਰਦੇ, ਭਲਵਾਨੀ 'ਚ ਮਿਹਨਤਾਂ ਕਰਦੇ, ਬਹੁਤ ਸਾਰੀਆਂ ਐਸੀਆਂ ਗੇਮ, ਬੈਡਮਿੰਟਨ, ਸਵੀਮਿੰਗ, ਇਹ ਸਾਰੀਆਂ ਅਸੀਂ ਉਹਨਾਂ ਵਿਚਾਰਿਆਂ ਨੂੰ ਇਗਨੋਰ ਕੀਤਾ, ਸਿਰਫ ਕ੍ਰਿਕਟ ਮੈਂ ਤੁਸੀਂ ਆਪਣੀ ਜਾਨ ਬਚਾਉਣ ਲਈ ਸਾਨੂੰ ਉਧਰ ਪਾ ਰਹੇ, ਤੁਸੀਂ ਉਹ ਵੇਖ ਲਿਆ ਕਰੋ ਉੱਥੇ, ਉਹ ਭਾਜੀ ਤੁਸੀਂ ਕੁਛ ਕਰਨਾ ਜੀ, ਇਕੱਲਾ ਕੀ ਕਰਾਂ ਦੱਸੋ, ਨਾਲ ਮੇਰੇ ਕਪਤਾਨ ਨੂੰ ਵੀ ਪਾਓ ਨਾ, ਉਹਨੂੰ ਉਹ ਪਲੇਅਰ ਪਾਉਣ, ਅਸੀਂ ਵੀ ਕਰ ਰਹੇ ਹਾਂ। ਤੁਹਾਡੀ ਟੀਮ ਦਾ ਕਪਤਾਨ ਕੌਣ ਹੈ ਵੈਸੇ? ਇਹ ਨਹੀਂ ਸਾਨੂੰ ਪਤਾ, ਇਹ ਬਾਬਰ ਸਾਹਿਬ, ਬਾਬਰ ਸਾਹਿਬ ਦੇ ਸੀ, ਤੂੰ ਚਾਰ ਬਣਾ ਕੇ ਕਈ ਜਾਣੇ, ਮੈਂ ਆਪਣਾ ਹੱਕ ਅਦਾ ਕਰਦਾ, ਮੈਂ ਬਣਾਇਆ ਜੀ, ਮੈਂ ਬਣਾਇਆ ਚਾਰ ਬਣਾ ਕੇ, ਅੱਲਾ ਦੀ ਰਹਿਮਤ ਨਾਲ, ਅੱਲਾ ਦੀ ਕਰਮ ਆ, ਬਸ ਮਾਲਕ ਦਾ ਕਰਮ ਹੈ, ਕਦੀ ਮੂੰਹ ਵੱਡਾ ਬੋਲ ਨਹੀਂ ਬੋਲਿਆ, ਚਾਰ ਬੋਲੀ ਨਾ। ਸਰ ਦੇਖੋ ਮੈਂ ਨਹੀਂ ਚਾਹੁੰਦਾ, ਮੈਂ ਅੱਛਾ ਖੇਲ ਕੇ ਮੁਲਕ ਦੀ ਖਾਤਰ ਖੇਲ ਕੇ ਮੁੜ ਕੇ ਬੁੱਢਿਆਂ ਹੋ ਕੇ ਇੰਟਰਵਿਊ ਦੇਵਾਂ ਕਿ ਮੇਰੇ ਘਰ ਖਾਣੇ ਕੋਈ ਕੁਛ ਨਹੀਂ ਹੈ, ਮੈਂ ਰੋੜੋ ਪੇ ਹੂੰ, ਮੈਂ ਛੋਟਾ ਸਾ ਕਾਰੋਬਾਰ ਚਲਾ ਰਹਾ ਹੂੰ, ਅਸੀਂ ਆਪਣੇ ਲਈ ਖੇਲਾਂਗੇ, ਮੈਂ ਆਪਣੇ ਲਈ ਖੇਲਾਂਗਾ, ਮੇਰੀ ਗੱਲ ਸੁਣੋ ਨਾਲੇ ਭਾਜੀ, ਜਿਹੜਾ ਆਪਣੇ ਲਈ ਫਿਰ ਲੈਣਾ ਕਿਤੇ ਆਪਣੇ ਗਰਾਊਂਡ 'ਚ ਜਾ ਕੇ ਖੇਡ ਹੀ ਜਾਓ, ਬਣਾਈ ਕਮਾਓ, ਬਸ ਬਣਾਈ ਸੀ, ਬਣਾਈ ਜਿਹੜਾ ਮੁਲਕ ਲਈ ਖੇਲਦਾ ਉਹ ਕੱਢ ਦਿੱਤਾ ਜਾਂਦਾ ਵਾ, ਇਹ 'ਚ ਰੱਖਿਓ। ਹਾਂ ਹਾਂ ਸਹੀ ਹੈ। ਅੱਛਾ ਯਾਰ ਮੈਂ ਹੁਣ ਤੁਹਾਨੂੰ ਕੀ ਕਹਾਂ, ਅੱਛਾ ਮੈਨੂੰ ਦੱਸੋ ਉੱਥੇ ਤੁਹਾਨੂੰ ਮੁਹੱਬਤ ਮਿਲ ਰਹੀ, ਪਿਆਰ ਮਿਲ ਰਿਹਾ ਇੰਡੀਆ 'ਚ? ਬਹੁਤ ਬੜਾ ਪਿਆਰ ਮਿਲਿਆ, ਮੈਂ ਕਹਿੰਦਾ ਜਿਹੜੇ ਲੋਕ ਸਾਡੇ ਕੋਈ ਪੁਰਾਣੇ ਵਿਛੜੇ ਪਿੰਡਾਂ ਦੇ ਲੋਕ ਵੀ ਉੱਥੇ ਵੇਖਣ ਆਏ ਮੈਚ। ਚਾਚਾ ਤੂੰ ਤੇ ਕਿਤੇ ਉੱਥੇ ਕਿਤੇ ਗੁਰਦਾਸਪੁਰ ਵਾਲੀ ਸਾਈਡ ਤੇ ਨਿਕਲ ਜਾਂਦਾ ਕਿਤੇ ਆਪਣੇ ਮੇਲਾਂ ਦਾ ਬਾਓ ਜਦਾਦ ਨੂੰ, ਇੱਥੇ ਮੈਚ ਖੇਲਣ ਗਏ ਉਹ ਕੌਮ ਪਿੱਛੇ ਤੁਹਾਡੇ ਤੇ ਮੀਸਾਂ ਮਾਦਾਂ ਲਾ ਕੇ ਬੈਠੀ, ਆਸਾਂ ਉਮੀਦਾਂ ਲਾ ਕੇ ਬੈਠੀ। ਅਸੀਂ ਗਏ ਹਾਂ, ਉਹਨਾਂ ਨੇ ਸਾਡਾ ਇੰਨਾ ਇਸਤਕਬਾਲ ਕੀਤਾ, ਇੰਨਾ ਸਾਨੂੰ ਪ੍ਰੋਟੋਕੋਲ ਦਿੱਤਾ, ਉਹ ਐਡੇ ਚੰਗੇ ਲੋਕ, ਅਸੀਂ ਉਹਨਾਂ ਨੂੰ ਹਰਾ ਦਈਏ, ਡੇਢ ਸੌ ਕਰਦੇ ਅਸੀਂ ਵੀ ਕੋਈ ਬੋਲਿੰਗ ਕਰਦੇ, ਅਸੀਂ ਉੱਥੇ ਕੀ ਕਰਦੇ, 250 ਸਕੋਰ ਕੀਤਾ 50 ਓਵਰਾਂ, ਉਹ ਅਸੀਂ ਪੂਰਾ ਕਰਾ ਦਿੱਤਾ। ਅੱਛਾ ਤੂੰ ਫਿਰ ਮੇਰੇ ਕਿਹੜੇ ਮੈਚ ਦੀ ਗੱਲ ਕਰਨ ਦੇ?
ਇਤਵਾਰ ਬਾਜ਼ਾਰ ਫਿਰਨ ਡਿਆ ਕਹਿੰਦਾ ਭਾਬੀ ਲਈ ਚਾਦਰ ਲੈ ਬਾਕੀ ਇੰਡੀਆ ਫਿਰਨ ਦਾ ਮਜ਼ਾ ਆ ਗਿਆ ਯਾਰ ਮੈਂ ਇੱਥੇ ਹਾਰਨਾ ਇੱਕ ਸਾਈਡ ਤੇ ਰਿਹਾ ਕੱਪ ਕੁੱਪ ਤਾਂ ਚਲਾਉਂ ਯਾਰ ਮੈਨੂੰ ਤਸਵੀਰਾਂ ਤੇ ਮਿੱਠੇ ਸੈਂਡ ਕਰ ਹੀ ਯਾਰ ਮੈਨੂੰ ਹਰਸ ਭਾਈ ਉਹ ਤਸਵੀਰਾਂ ਸੈਂਡ ਕਰ ਦਿਓ ਲੈ ਮਿੱਠੇ ਹਾਰ ਮਿੱਠੇ ਦੇ ਹਾਰਸ ਭਾਈ ਬਾਰਾ ਯਾਰ ਤੁਹਾਡੀ ਮਿਹਰਬਾਨੀ ਕੁਝ ਕੌਮ ਦਾ ਵੀ ਖਿਆਲ ਕਰੋ ਫਿਰੋ ਤੁਰੋ ਖਾਓ ਪੀਓ ਅਗਲੇ ਮੈਚ ਚ ਕੌਮ ਦਾ ਪਿਆ ਅੱਛਾ ਜੀ ਕੌਮ ਦਾ ਖਿਆਲ ਅਸੀਂ ਇਕੱਲਿਆਂ ਕਰਨਾ ਜਿਹੜੇ ਬਾਕੀ ਖਿਆਲ ਕੋਈ ਨਾ ਕਰੇ ਭੈਣ ਤੁਸੀਂ 11 ਜਣੇ ਖੇਡ ਜਿਹੜੇ ਗਰਾਊਂਡ ਚ ਖੇਡ ਰਹੇ ਨੇ ਉਸ ਟਾਈਮ ਤੇ ਉਹਨਾਂ ਨੇ ਖਿਆਲ ਕਰਨਾ ਪੈਣਾ ਸਾਡੇ ਜਿੱਤਣ ਨਾਲ ਕਿਤੇ ਆਟਾ ਸਸਤਾ ਹੋ ਜਾਣਾ ਫਿਰ ਛੱਡ ਦਿਓ ਮੈਚ ਖੇਡਣ ਕੋ ਦਿਆਂ ਕਿਉਂ ਖੇਡਣਾ ਹੀ ਛੱਡ ਦੇ ਫਿਰ ਤੇਰੇ ਖੇਡਣ ਨਾਲ ਕੀ ਮਤਲਬ ਕਿ ਪੈਟਰੋਲ ਸਸਤਾ ਹੋ ਜਾਣਾ ਤੂੰ ਛੱਡ ਨਹੀਂ ਨਹੀਂ ਮੇਰਾ ਤੇ ਘਰ ਚੱਲਣਾ ਪਹਿਲਾਂ ਹੀ ਉਹੜਾ ਮੰਜੀ ਵਾਨ ਦਾ ਕੰਮ ਕਰ ਜਿਹੜਾ ਤੂੰ ਕਰਦਾ ਜਿਹੜਾ ਮੈਂ ਕਰਦਾ ਉਹ ਹੀ ਕਰਦਾ ਸਾ ਚਾਚਾ ਤੂੰ ਪਿਛਲੀ ਗੱਲ ਦੱਸਾਂ ਆ ਵਰਲਡ ਕੱਪ ਪਲਾਸਟਿਕ ਦਾ ਵਾ ਤੇ ਕਿਹੜੀ ਲੋੜ ਆ ਮੈਂ ਹੱਦ ਘਸਾਉਣ ਦੀ ਆ ਪਿਛਲੀ ਗੱਲ ਇਹਨੇ ਦੱਸਤੀ ਹੈ ਆ ਚਾਚੇ ਨੇ ਜਿਹੜੀ ਐਰ ਕੀ ਉੱਥੇ ਹਰਕਤ ਕੀਤੀ ਆ ਗੋਂਟਰੀ ਦੇ ਬਾਹਰੋਂ ਜੂਠਾ ਜੂਸ ਇਹਨੇ ਚੋਕ ਕੇ ਪੀਤਾ ਹੈ ਜੇ ਪਹਿਲੀਆਂ ਚ ਮੈਨੂੰ ਛਿੱਕੇ ਲੱਗ ਗਏ ਤੇ ਬਾਅਦ ਚੋਂ ਫਿਰ ਦਸਾਂ ਚ ਬੰਬੇ ਹੀ ਆ ਬੰਬੇ ਮਤਲਬ ਬੰਬੇ ਮੈਨੂੰ ਸਕੋਰ ਲੱਗਦਾ ਫਿਰ ਮੈਂ ਪਦਲ ਹੋ ਜਾਂਦਾ ਵਾ ਅੰਡਰ ਪ੍ਰੈਸ਼ਰ ਹੋ ਜਾਂਦਾ ਆ ਡਬਲ ਮਾਈਂਡਡ ਭਾਜੀ ਵੀ ਨਹੀਂ ਹੁੰਦੀ ਆ ਸਿੱਧੀਆਂ ਬਾਲਾਂ ਕਰਾਉਂਦੇ ਨੇ ਕੋਈ ਮੂਵ ਨਹੀਂ ਕੋਈ ਕੁਛ ਨਹੀਂ ਆਹੋ ਯਾਰ ਕੀ ਵੇ ਕਦੇ ਬੋਲਰ ਨੇ ਯਾਰ ਮੇਰਾ ਤਾਂ ਯਾਰ ਥੋੜੀ ਬਹੁਤ ਸਵਿੰਗ ਸਿੱਖ ਸਵਿੰਗ ਮੈਂ ਯਾਰਕਰ ਮਾਰਦਾ ਮੈਂ ਆਫ ਲੌਂਗ ਮਾਰਦਾ ਮੈਂ ਇਹਨਾਂ ਨੂੰ ਪੁੱਛੋ ਜਿਹੜੀਆਂ ਉਹ ਕੋਈ ਬੋਲਰ ਸ਼ਾਟ ਨਹੀਂ ਮਾਰ ਸਕੇਗਾ ਬਾਹਰ ਨਹੀਂ ਮਾਰ ਤੇ ਫਿਰ ਕਿੱਦਾਂ ਪਈਆਂ ਤੈਨੂੰ ਅੱਜ ਮੈਂ ਤੁਹਾਨੂੰ ਦੱਸਿਆ ਤੇ ਹੈ ਪਹਿਲੀਆਂ ਦੋਵਾਂ 'ਚ ਮੈਨੂੰ ਵੱਜ ਜਾਵੇ ਨਾ ਛਿੱਕਾ ਜਾਂ ਤੂੰ ਕਰ ਅੱਲਾ ਮਾਫੀ ਤੁਹਾਨੂੰ ਨਹੀਂ ਪਤਾ ਬਹੁਤ ਕਰਾਊਡ ਹੁੰਦੀ ਉੱਥੇ ਬਹੁਤ ਹਾਲਾ ਲਾਲਾ ਹੁੰਦੀ ਆ ਉੱਤੋਂ ਪੈਰ ਵੀ ਇਹ ਵਸੀਮ ਅਕਰਮ ਸਾਹਿਬ ਉਹਨਾਂ ਦੀ ਸ਼ਵੇਬ ਅਖਤਰ ਸਾਹਿਬ ਦੀ ਇਹਨਾਂ ਦੀ ਹਿੰਮਤ ਆ ਮੈਂ ਮੰਨ ਗਿਆ ਇਹਨਾਂ ਨੂੰ ਭਾਜੀ ਨਾਲੇ ਬਾਹਰ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਉੱਥੇ ਪਤਾ ਚੱਲਦਾ ਮੈਂ ਕਹ ਰਿਹਾ ਐਵੇਂ ਅੱਗੇ ਆ ਗਿਆ ਇਹਨਾਂ ਨੂੰ ਪੁੱਛੋ ਕਿੰਨੀਆਂ ਵਿਕਟਾਂ ਲਈਆਂ ਉਹ ਮੇਰੇ ਦੱਸੋ ਦੱਸੋ ਉਹ ਲੈ ਦੇ ਤੂੰ ਧਮਾਲ ਜੀ ਪਾਉਣ ਲੱਗ ਪੈਣਾ ਡਰ ਜਾ ਇੱਕ ਓਵਰ 'ਚ ਦੋ ਦੋ ਵਿਕਟਾਂ ਲਈਆਂ ਮੈਂ ਇਹਨਾਂ ਨੂੰ ਪੁੱਛੋ ਹਾਂ ਹੈ ਦਲੀਪ ਕੁਮਾਰ ਸਾਹਿਬ ਤੇ ਵੀ ਜਾਣਾ ਦਲੀਪ ਕੁਮਾਰ ਸਾਹਿਬ ਰਫੀ ਸਾਹਿਬ ਦੀ ਵੀ ਕਬਰ ਤੇ ਜਾਣਾ ਆਪਣੀ ਤੇ ਵੀ ਚੱਲ ਜਾਣਾ ਆਪਣੀ ਕੱਦ ਤੋਂ ਅਲਮ ਜੀਂਦੇ ਜਾਗਦੇ ਆ ਕੰਧ ਚ ਗੇਂਦ ਮਾਰ ਕੇ ਇੰਜ ਗਈ ਤੇ ਕਹਿੰਦਾ ਵੇਖੀ ਸਵਿੰਗ ਅੱਛਾ ਆ ਐਸਾ ਸਵਿੰਗ ਪੁੱਠੀ ਕਰਾਉਂਦਾ ਗੇਂਦ ਸਿੱਧੀ ਸਿੱਟਦਾ ਵਿਕਟਾਂ ਵੱਲ ਬਿਲਕੁਲ ਵਿਕਟ ਦੇ ਅੱਗੇ ਡਿੱਗ ਕੇ ਤੇ ਇੰਜ ਸਵਿੰਗ ਹੋ ਜਾਂਦੀ ਕੋਈ ਇੰਜ ਸਵਿੰਗ ਹੋ ਜਾਂਦੀ ਵੀ ਆਊਟ ਖੇਤ ਸਵਾਹ ਹੋਣਾ ਸਿੱਖਣੀ ਪੈਂਦੀ ਆ ਫਿੰਗਰ ਦਾ ਕਮਾਲ ਹੁੰਦਾ ਵਾ ਨਾਲੇ ਉਧਰ ਕਿਤੇ ਮੈਂ ਫਰੋਜ਼ਾ ਪਾਇਆ ਹੁੰਦਾ ਨਾ ਕਰਦੀ ਗੇਂਦ ਗੱਲਾਂ ਕਰਦੀ ਇਹਨਾਂ ਕਰਦੀ ਗੱਲਾਂ ਬਹਿਸ ਬਹੁਤ ਕਰਦੀ ਆ
वापस कर दे जिथो मैं लिया जिथो चुके रखा गेंद कहन दी हुंदी तेरे हाथ च दातरी होनी चाहीदी मैं तेरे हाथ च आ गई इहनू टके टके दीआं गल्लां करदी गेंद ਸਾਜੀ ਨੂੰ ਤੇ ਹਟਾ ਦਿੱਤਾ ਉਹਨਾਂ ਨੇ ਅੰਪਾਇਰ ਨੂੰ ਐਡੀ ਘੁੱਟ ਕੇ ਜੱਫੀ ਪਾਈ ਉਹਦੀ ਲਾਲ ਵਾਕੀ ਉਹਨੇ ਕਿ ਇਹਨੂੰ ਕੱਢੋ ਵਾ ਨਹੀਂ ਆ ਬਜ਼ੁਰਗ ਠੀਕ ਹੈ ਬਿਲਕੁਲ ਟੀਮ ਦੇ ਵਿੱਚ ਯਕੀਨ ਮੰਨੋ ਇੱਕ ਬੰਦੇ ਨੇ 50 ਕੀਤਾ ਤਾਂ ਪਿਆਰ ਦੇ ਹੀ ਜਾਣ ਦਿਆ ਕੰਮ ਬਜ਼ੁਰਗ ਦਾ ਇੱਕ ਇੰਟਰਵਿਊ ਚ ਕਿਹਾ ਮੇਰੇ ਨਾਲ ਗੇਂਦ ਗੱਲਾਂ ਕਰਦੀ ਹੈ ਲੇਕਿਨ ਸਿੱਧੇ ਮੂੰਹ ਨਹੀਂ ਕਰਦੀ ਹਾਂ ਹਾਂ ਆ ਬਜ਼ੁਰਗ ਠੀਕ ਹੈ ਯਾਰ ਕੀ ਮੰਨੋ ਸਕੋਰ ਸਕੂਰ ਹੋਏ ਨੇ ਤਾਂ ਪਿਆਰ ਨੂੰ ਕਹਿੰਦਾ ਆਪਾਂ ਧੁੱਕਰ ਪੈਣੇ ਤੇਰਾ ਦੱਸ ਸੁਭਾ ਇਹ ਤੇ ਬਾਰੀ ਲੈਣ ਵੜੇ ਆ ਤੇ ਅੰਪਾਇਰ ਨੂੰ ਕਹੀ ਜਾਂਦੇ ਮੈਂ ਤੇਰੀ ਰੋਟੀ ਲੈ ਕੇ ਆਇਆ 1 ਵਜੇ ਗਾਇਬ ਨਾ ਹੋ ਜੀ ਪਾਰਟੀ ਕੇ ਦਾ ਅੱਜ ਛੁੱਟੀ ਹੋ ਇੱਧਰ ਇੱਧਰ ਹੁੰਦੀ ਰਹੀ ਕਹਿੰਦਾ ਵੇਖੇ ਗੁਗਲੀ ਵੀ ਸਾਰੇ ਯੰਗ ਯੰਗ ਪਲੇਅਰ ਸੁਣ ਤੇ ਲੈ ਦੂ ਸਾਰੇ ਯੰਗ ਯੰਗ ਪਲੇਅਰ ਕਾਲੀਆਂ ਨੇ ਕਲਾ ਕੇ ਬੈਠਿਆ ਮੋਟੇ ਸ਼ੀਸ਼ਿਆਂ ਲਈ ਇਦਾਂ ਕਰਕੇ ਗਿਆ ਐ ਪੈਟਰਨ ਕਰਨ ਦੇ ਆ ਯਾਰ ਬਸ ਕਰਦੇ ਓ ਯਾਰ ਉਹ ਟੋ ਕੇ ਖੇਲਦਾ ਤੈਨੂੰ ਨਹੀਂ ਪਤਾ ਉਹਦਾ ਇੱਕ ਭਾਜੀ ਇਹਨੇ ਬਾਲਿੰਗ ਬੜੀ ਅੱਛੀ ਕਰਾਣੀ ਸੀ ਲੇਕਿਨ ਇਹਨੇ ਅੰਦਰ ਰਗੜਿਆ ਵਾਲ ਤੋੜ ਹੋ ਗਿਆ ਉਹਨੂੰ ਵਿਚਾਰੇ ਨੂੰ ਤੁਹਾਨੂੰ ਪਤਾ ਤੁਰਿਆ ਨਹੀਂ ਜਾਂਦਾ ਸੋ ਗੇਂਦ ਦਾ ਕੀ ਮਸਲਾ ਸੀ ਤੇਰੇ ਦਾ ਗੇਂਦ ਮੈਂ ਤੁਹਾਨੂੰ ਦੱਸਿਆ ਐੜਕੀ ਬਾਲ ਥੋੜੀ ਜੀ ਛੋਟੀ ਸੀ ਹਾਂਜੀ ਇਹਨਾਂ ਨੇ ਉੱਤੋਂ ਧਾਗਾ ਥੋੜਾ ਜਿਹਾ ਲੱਥ ਗਿਆ ਉਹ ਸਲੇਗੀ ਨਸੀ ਹੁੰਦੀ ਨਾ ਉਹ ਲੌਂਗ ਉਹ ਵੱਜਦਾ ਸੀ ਹੈ ਯਾਰ ਕੀ ਵੱਜਦਾ ਸੀ ਲੌਂਗ ਹਾਂਜੀ ਟਿੱਪਾ ਤੂੰ ਸਹੀ ਨਹੀਂ ਪਾਇਆ ਟਿੱਪਾ ਅੱਗੇ ਪਾਉਣਾ ਸੀ ਟਿੱਪਾ ਮੈਂ ਅੱਗੇ ਹੀ ਪਾਇਆ ਸੀ ਜਾਨ ਹੀ ਹੈ ਨਹੀਂ ਦੱਸੋ ਉੱਤੋਂ ਰਾਤ ਦੇ ਜਾ ਗਏ ਪਠਾਨ ਮੁੰਡਾ ਬੋਲਰ ਭਰਤੀ ਕਰੇਗਾ ਫੇਰ ਹੀ ਮੈਂ ਨਾਲ ਚੱਲਣਾ ਨੀ ਤੇ ਮੈਂ ਏਦਾਂ ਹੀ ਕੰਮ ਏਦਾਂ ਗੁੰਨ ਕੇ ਤੇ ਉਹ ਜਿਹੜਾ ਰੂਲ ਲੈ ਰਿਹਾ ਉਹਦੇ ਥੱਲੇ ਰੱਖੀ ਜਾਓ ਕਹਿੰਦਾ ਉਹ ਰੋਟੀਆਂ ਬਣਾਉਂਦਾ ਨਾਲੇ ਫਲੱਡ ਲੈਟ ਮੈਚ ਹੁਣ ਏਡੀ ਲੈਟ ਪੈਣ ਦੀ ਅੱਖਾਂ ਮੇਰੀਆਂ ਤਾਂ ਅੱਗੇ ਨੂਰ ਦਾ ਮਸਲਾ ਥੋੜੀ ਘਟਾ ਕੇ ਉਹਦੀ ਲੈਟ ਹੀ ਘਟਾ ਲਓ ਲੈਟ ਆਪਣੇ ਹਿਸਾਬ ਨਾਲ ਕਰਾ ਕੇ ਇਹਦੇ ਹਿਸਾਬ ਨਾਲ ਠੀਕ ਹੋ ਗਈ ਬਾਕੀ ਸਾਰੇ ਇੰਨੇ ਹੋ ਗਏ ਖਰਕਣਾ ਗਵਾਚ ਗਿਆ ਸੀ ਜਿਹੜਾ ਖੁਰਕਦਾ ਹੁੰਦਾ ਸੀ ਪਰ ਤੁਸੀਂ ਮੈਂ ਲਾ ਲਿਆ ਸਰ ਤੁਹਾਨੂੰ ਕੌਮ ਦੀ ਕੋਈ ਪਰਵਾਹ ਨਹੀਂ ਕੀ ਕਰੀਏ ਕੌਮ ਦੀ ਤਾਂ ਇੱਕ ਪਰਸਡ ਵੀ ਨਹੀਂ ਫਿਰ ਤੋਂ ਵੀ ਗਏ ਆ ਮੈਂ ਕਾਤੀਆ ਦਾ ਸਹੀ ਉਹ ਜਿਹੜਾ ਜਿੱਥੇ ਨੀ ਉਹ ਮਾਰੇ ਮਹੇਸ਼ਪੁਰੀ ਸਾਹਿਬ ਉੱਥੇ ਵੇਖਣ ਗਿਆ ਸਹੀ ਕੋਈ ਗੱਲ ਨੀ ਆਪਾਂ ਹੋਰ ਵੀ ਜਾਣਾ ਜਿੱਥੇ ਮਾਈ ਬਹਿ ਕੇ ਕਹਿੰਦੀ ਨੀ ਮੇਰੇ ਘਰ ਅਰਜੁਨ ਆਏਗੇ ਉੱਥੇ ਤੂੰ ਤੇ ਮੇਰੇ ਦੇਵਾਂਗਾ ਆਹੋ ਉਹ ਜਿਹੜੀ ਮਾਈ ਕਹਿੰਦੀ ਵਾਹ ਤੇਰੀ ਆਵਾਜ਼ ਨੂੰ ਬੜਾ ਦਮਾ ਛੋਰੇ ਉਹ ਲੱਭਣ ਰਿਹਾ ਉਹ ਨਹੀਂ ਲੱਭੀ ਨਾਲੇ ਵਰਲਡ ਕੱਪ ਦਾ ਸ਼ਡਿਊਲ ਸਾਨੂੰ ਪੁੱਛ ਕੇ ਰੱਖਦੇ ਹੁਣ ਉਧਰੋਂ ਲੰਕਾ ਦਾ ਮੈਚ ਆ ਉਧਰੋਂ ਅਸੀਂ ਜਾਣਾ ਵਾ ਆਗਰੇ ਉਹ ਤਾਜ ਮਹਿਲ ਦੇਖਣ ਅਸੀਂ ਉਹ ਦੇਖੀਏ ਕਿ ਮੈਚ ਖੇਲੀਏ ਨਹੀਂ ਨਹੀਂ ਸਹੀ ਹੈ ਸਹੀ ਗੱਲ ਤਸਵੀਰਾਂ ਵੀਡੀਓ ਸੈਂਡ ਕਰਦੇ ਸਾਰੇ ਨਾਲੇ ਮੈਂ ਭਾਜੀ ਭਤੀਜੀ ਦਾ ਵਿਆਹ ਛੱਡ ਕੇ ਗਿਆ ਵਾਂ ਮੈਨੂੰ ਤੇ ਪਿੱਛੋਂ ਫੋਨ ਆਉਂਦੇ ਸੀ ਭਾਈ ਮਹਿੰਦੀ ਹੋਣੀ ਪਰ ਠੀਕ ਹੈ ਤੁਸੀਂ ਰਹਿਣ ਦਿਓ ਯਾਰ ਕਿਹੜੇ ਕ੍ਰਿਕਟਰ ਨੇ ਯਾਰ ਕਿਹੜੇ ਕ੍ਰਿਕਟਰ ਜਾਓ ਕੰਮ ਕਰੋ ਯਾਰ ਆ ਚਾਚਾ ਮੈਚ ਖੇਲਣ ਗਿਆ ਇਹਨੂੰ ਕਿਸੇ ਨੇ ਕਿਹਾ ਸੀ ਵੀ ਆਗਰੇ ਇੱਕ ਡਾਕਟਰ ਬਹੁਤ ਸੋਹਣਾ ਬੰਦਾ ਅੱਖਾਂ ਵਾਲਾ ਉਹਨੂੰ ਅੱਖਾਂ ਚੈੱਕ ਕਰਾਈਏ ਤਾਂ ਉਸ ਬਾਨੇ ਗਿਆ ਹੋਇਆ ਵਾ ਚਾਚੇ ਦੀ ਚੱਲ ਪਈ ਉਹ ਦਰਅਸਲ ਉੱਥੇ ਲਵ ਸਟੋਰੀ ਅੱਛਾ ਹਾਂਜੀ ਹੁਣ ਉਹ ਕ੍ਰਿਕਟ ਤੇ ਤਵੱਜੋ ਦੇਵੇਗਾ ਕਿਸੇ ਦੀ ਸੱਚੀ ਮੁਹੱਬਤ ਕੀ ਹੈ ਉੱਥੇ ਕਿਹੜੀ ਚੱਲ ਪਈ ਉੱਥੇ ਇੱਕ ਖਾਤੂਨ ਆ ਉਹਨਾਂ ਨੇ ਭਾਈ ਪ੍ਰਪੋਜ਼ ਕਰਤਾ ਵਾ ਉਹਨਾਂ ਨੂੰ ਆਨਲਾਈਨ ਇੰਟਰਵਿਊ ਦੇ ਵਿੱਚ ਕਿ ਮੇਰੇ ਨਾਲ ਇਫਤਖਾਰ ਸਾਹਿਬ ਦੀ ਸ਼ਾਦੀ ਕਰਾਓ ਅੱਛਾ ਜੀ ਹਾਂਜੀ ਸੱਚੀ ਪੁੱਛੀ ਜੀ ਜੀ ਉਹਨਾਂ ਨੇ ਕਿਹਾ ਬਦਲੇ 'ਚ ਜੋ ਮਰਜ਼ੀ ਲੈ ਲਓ ਮੇਰੀ ਸ਼ਾਦੀ ਹੋਣੀ ਚਾਹੀਦੀ ਹਾਂ ਮੇਰੀ ਨੋ ਨਹੀਂ ਮੰਨਣੀ ਨਾ ਤੇ ਮੈਂ ਕਰਾ ਲਵਾਂ ਸਾਰਾ ਗਿੱਲਾ ਹੋ ਗਿਆ ਭਾਜੀ ਮੇਰੇ ਨਾਲ ਉੱਥੇ 6000 ਯੂਟਿਊਬਰਾਂ ਨੇ ਮੇਰਾ ਇੰਟਰਵਿਊ ਕੀਤਾ
मतलब श्रीलंका खिंचया काले होंगे सारे श्रीलंका काले होंगे इंटरव्यू अपना समय के लेंगे बाद कीनिया का निकल रोह बहरहाल कप दी कप इन दिन च बनता ही नहीं कप कि मैच पे बहुत पहले हिम्मत हार गए चाचे नु भी चाहिए ना चाचा बारी लै दे उधर कोई सानू अंदर पैप जू जा आउट हो गया घंटा पहले बंद करता बहुत सारे बंदे ने मैच पूरा वेखिया ही नहीं जी जे असि जित जाने पंद्रह टीवी बंद करता उन्होंने यार अगे भी मुनक्कर हो गया इन्हें जाके उ कहना ममता कुलकर्णी मेरी फूफी है उधर जा बैठा इन्हें मैं नानके लाया नानके दादके साडे सारे उधर नहीं ना ममता कुलकर्णी के नैनक्ष वेखो ये मुला माफी दे कैसे माहे छेड़ छाड़ो नहीं नहीं कौली फड़ के कहने कुशपा ओने लक च मार के लाश पाती बाहर हाल जी बुजुर्ग टीम चो कढे जान यंग टैलेंट नु मौका दिता यूथ अगे आवे देखो आही टीम ओ एक ता बुजुर्ग सही हुंदा जरा थोड़ा जरा ध्यान ते हुंदा दसदा रहंदा भी यार ऐ करो एक बुजुर्ग बरात ना ते टीम ना एक ज्यादा बंदा ला दे हां जी बिल्कुल पान वाला थैला भी इनु फड़ा दिया करिए आहो हां जी बेद वाला ट्रंक भी मैंने अच्छा तानू कितने परसेंट उम्मीद है तुसी वर्ल्ड कप लेओगे पाकिस्तान वर्ल्ड कप वटते पिया भाजी वटते पिया वाह या फिर की कीता जेड़ा मैचां च आ मैच ओए ते जरा कर बस दाणा पाया चुकेवा दे रहे हो मुर्गी घेरी है क्रिस गेल दी जदों मैं विकेट लई किन्नी औखी मैं बाल मार के पहली बात शर्मा छक्का मारिया मेरे तू मेरे हले तू स्टैंड दा ही नहीं है केरला जाके कहने इत्थे टोबा गोजरा नी उधर वाला कितने टोबा गोजरा सारे मैच 13-13 वर्ल्ड कप
टॉर्च बाली सी मोबाइल की मेरी अखा च पै गई वो इदा लैग कि बैठा काफी लिया होने वर्ल्ड कप सही दस जो जी कार साहब देखो सीधी साफ गल करेंगे झूठ नहीं बोलोगे आखिर कौम का वक्त भी बचाना वा कौम का टाइम भी बचाना पैसा भी बचाना इदा के हजारा वर्ल्ड कप तुरे फिर इट पुट्टो वर्ल्ड कप साढ़े हथ खड़े भाजी आहो ये देखो जी दुआवा ही हैं या बारिश बचा सकती है या बस बारिश ही बचा सकती है पाकिस्तानी कौम वास्ते अर्ज का सा रिक्वेस्ट वा कि असं थोड़ी खातर गए तुम तुन के दुआ करनी है साढ़े वास्ते तवक्कल ते होना चाहिदा पर कुछ करना भी तो चाहिदा प्रैक्टिकल भी कुछ तवक्कल करन ते यार फिर तुसी घर ही बह जा करो ग्राउंड च भी ना जाया करो ते कही जा करो कोई रब्बा जता रहे सानू ते क्यों असीं क्यों रब ने क्या जा खराब तुसी गल कोई तरीके दी करो तुसी साडे जिहड़े चीफ एग्जीक्यूटिव सक्का शेरो साहब उन्होंने एक परसन ने कहा यार वर्ल्ड कप लैके उन्होंने कहा मेरे पाव बड़ा लैके बस कबूतर बेटा सोने की गानी ओंदे भाई सारे ओनू फड़न दे हौली हौली कोल जाने ने ऐ कीता उड गया जिंदगी हो गई मैं इदा दी सिलेक्शन जिहड़ी ना मतलब उन्होंने पता नहीं अपने हिसाब नाल सही कीती होगी हर बंदा जमहूरीयत अपने हिसाब नाल मैं अक्सरियत देखिया कि भी मैं शुएब अख्तर साहब नूं वेख्या उन्होंने कहा यार की लैके गए ने कम अज कम तुसीं कित्थे चले हो किहड़े ਤੁਸੀਂ ਯੁੱਧ ਦੇ ਵਿੱਚ ਚੱਲੇ ਹੋ ਤੇ ਆਪਣੇ ਯੁੱਧਾ ਤੇ ਤੁਸੀਂ ਸਹੀ ਲੈ ਕੇ ਜਾਓ ਠੀਕ ਆ ਜੀ ਅੱਛਾ ਯੁੱਧਾ ਪਰਵਾਹ ਨਾ ਕਰੋ ਯੁੱਧਾ ਸਰ ਮੈਂ ਉਹਨੂੰ ਕਹਿੰਦੇ ਲੜਨ ਵਾਲੇ ਨੂੰ ਯੁੱਧ ਕਹਿੰਦੇ ਲੜਾਈ ਨੂੰ ਯੁੱਧਾ ਯੁੱਧਾ ਹਾਂ ਜਿੱਦਾਂ ਕਿ ਜੰਗ ਤੇ ਜੰਗਜੂ ਜੀ ਹਾਂਜੀ ਯੈਸ ਰਾਈਟ ਤੇ ਉਹ ਤਾਂ ਸਹੀ ਲੈ ਕੇ ਜਾਓ ਨਾ ਮੈਂ ਨਹੀਂ ਮੈਂ ਵੈਸੇ ਅਸੀਂ ਤੇ ਚਲੋ ਸ਼ੁਗਲ ਕਰ ਰਹੇ ਹਾਂ ਲੇਕਿਨ ਨਾਦਰਨ ਸੱਚੀ ਜੈਨੂਇਨ ਗੱਲ ਇਹ ਹੈ ਕਿ ਅਸੀਂ ਕਿਹਦਾ ਨਹੀਂ ਦਿਲ ਕਰਦਾ ਉਹਦੀ ਟੀਮ ਜਿੱਤੇ ਯਕੀਨ ਕਰੋ ਅਸੀਂ ਉਦਣ ਇੰਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲੋਕਾਂ ਨੇ ਟੀਵੀ ਬੰਦ ਕਰ ਦਿੱਤੇ ਅੱਧੇ ਥੋੜ੍ਹੇ ਪਹਿਲਾਂ ਹੀ ਕਿ ਯਾਰ
ਜਿਹੜੇ ਵਾਜ ਪੈਣੀ ਨਾ ਜਾਂ ਜਦੋਂ ਉਹ ਕੌੜਾ ਹਰ ਮੁਲਕ ਨੂੰ ਹੁੰਦਾ ਜਦੋਂ ਇੰਡੀਆ ਹਾਰਦਾ ਉਦੋਂ ਉਹਨਾਂ ਨੂੰ ਵੀ ਇੱਦਾਂ ਹੁੰਦਾ ਜਦੋਂ ਕੋਈ ਵੀ ਮੁਲਕ ਹਾਰਦਾ ਆਸਟ੍ਰੇਲੀਆ ਨਿਊਜ਼ੀਲੈਂਡ ਕੋਈ ਵੀ ਪਾਕਿਸਤਾਨ ਇੱਦਾਂ ਹੁੰਦਾ ਹਾਰ ਜਿੱਤ ਅਤੇ ਲਿਆਦਾ ਗੱਲ ਇਹ ਆ ਕਿ ਇਹ ਇੱਕ ਗੱਲ ਹੈਗੀ ਹੈ ਕਿ ਸਿਲੈਕਸ਼ਨ 'ਤੇ ਥੋੜ੍ਹਾ ਜਿਹਾ ਵਾਦ ਥੋੜ੍ਹੀ ਤਨਕੀਦ ਹੋ ਰਹੀ ਹੈ ਕਿ ਯਾਰ ਇਹਨੂੰ ਲੈ ਜਾਂਦੇ ਇਹਨੂੰ ਲੈ ਜਾਂਦੇ ਲੇਕਿਨ ਉਹਨਾਂ ਨੇ ਜਿਨ੍ਹਾਂ ਨੇ ਕੀਤਾ ਪੀ ਸੀ ਬੀ ਨੇ ਹੁਣ ਪਤਾ ਨਹੀਂ ਉਹਨਾਂ ਦਾ ਆਪਣਾ ਕੋਈ ਹਿਸਾਬ ਅੱਗੋਂ ਬਿਹਤਰ ਦੀ ਉਮੀਦ ਰੱਖਣੀ ਚਾਹੀਦੀ ਹੈ ਇਨਸ਼ਾਅੱਲਾ ਬਿਹਤਰ ਹੋਏਗਾ ਖੇਡਣਗੇ ਲੜਨਗੇ ਸਾਡੀਆਂ ਹੋ ਗਈਆਂ ਅੱਛਾ ਚਲੋ ਠੀਕ ਹੈ ਓਕੇ ਜੀ ਨਾਜ਼ਰੀਨ ਅੱਲਾ ਹਾਫਿਜ਼ ਜੀ।